ਹਾਂਜੀ ਸੋਹਣਾ ਮਾਰ ਤਾਂ ਗਿਆ ਜੀ ਦੋ ਤਿੰਨ ਚੱਕ ਲੈ ਵੀ ਸੰਜੇ ਬਾਈ ਅੰਪਾਇਰ ਖੜੋ ਯਾਰ ਗਿੱਲ ਬਾਈ ਆਉਂਦਾ ਹੈ ਬਾਈ ਲੇਫਟੀ ਕਰਕੇ ਜੇ ਮੈਨੂੰ ਲੱਗਾ ਫਾਈਨਲ ਕੱਢ ਕੇ ਲੈ ਜਾਂਦਾ ਮੈਚ ਸ਼ੁਰੂ ਹੋਵੇਗਾ ਨਾਨੂ ਵਾਲਾ ਪਾਲਣਾ ਪਵੇਗੀ ਬੱਲੇਬਾਜ਼ੀ ਕਰੇਗੀ ਟੀਮ ਜਿਹੜੀ ਕਹਿੰਦੇ ਭੇਟੀ ਵਾਲਾ ਜਿਹਨੇ ਕਹਿੰਦੇ ਮੁਕਤਸਰ ਦਾ ਕਹਿੰਦੇ ਬੜਾ ਕਹਿੰਦੇ ਮੰਨਿਆ ਪਰ ਮੰਨਿਆ ਕਹਿੰਦੇ ਪਿੰਡ ਔਰ ਸਾਹਮਣੇ ਕਮਲ ਵਰਗੇ ਮੁੰਡੇ ਜਿਹੜੀ ਕਹਿੰਦੇ ਵੱਡੀ ਟੀਮ ਤਿਆਰ ਕਰਕੇ ਲੈ ਕੇ ਆਏ ਹੈ ਟੱਕਰ ਜਿਹੜੀ ਕਹਿੰਦੇ ਰਾਜਸਥਾਨ ਦੀ ਪੰਜਾਬ ਦੀ ਕਹਿੰਦੇ ਟੀਮ ਦੀ ਜਿਹੜੀ ਖੇਡੀ ਆਵੇਗੀ ਜਿਹੜਾ ਮੈਚ ਇਸ ਤੋਂ ਪਹਿਲਾਂ ਲੱਗ ਗਿਆ ਉਹ ਮੈਚ ਦਾ ਕੋਈ ਮੁੱਲ ਨਹੀਂ ਗਾ ਉਹ ਮੈਚ ਚ ਜੋ ਕੁਝ ਹੋਇਆ ਨਾ ਤੇ ਉਹ ਰਿਕਾਰਡ ਹੀ ਸੈੱਟ ਹੋਇਆ ਹੈ ਜਿੱਤ ਭਾਵੇਂ ਕਿਸੇ ਦੀ ਹੋਈ ਹੈ ਔਰ ਜਿੱਤ ਕ੍ਰਿਕਟ ਦੀ ਹੋਈ ਹੈ ਕਿੰਨੇ ਫੋਲੋਵਰ ਹੁਣ ਕਿੰਨੇ ਬੰਦੇ ਬੈਠੇ ਜਾਂਦੇ ਹੁਣ ਕਿੰਨੇ ਦੇਖੀ ਜਾਂਦੇ ਵਧਣਗੇ ਇਹਦੇ ਗੱਟਾ ਪਿਆ ਸੀ ਆ ਪਿਆ ਲੈ ਜੀ ਬਈ ਰਗੜੀ ਰੱਖੋ ਜੀ ਲਓ ਜੀ ਸਾਹਮਣੇ ਮੈਚ ਸ਼ੁਰੂ ਹੋਣ ਲੱਗਾ ਹੈ ਬੈਟ ਤੇ ਟੀਮ ਆ ਗਈ ਕਹਿੰਦੇ ਭੀਟੀ ਵਾਲਾ ਔਰ ਸਾਹਮਣੇ ਵੇਖਾਂਗੇ ਮੁੰਡੇ ਕਹਿੰਦੇ ਬਾਲਾ ਪਾਉਣ ਵਾਸਤੇ ਕਹਿੰਦੇ ਨਾਨੂ ਵਾਲੇ ਪਿੰਡ ਵਾਲੇ ਮੁੰਡੇ ਕਹਿੰਦੇ ਬਿਲਕੁਲ ਤਿਆਰ ਪਰ ਤਿਆਰ ਹੈ ਦੂਜੇ ਰਾਊਂਡ ਦਾ ਲਾਸਟ ਮੈਚ ਜਿਹੜਾ ਕਹਿੰਦੇ ਖੇਡਿਆ ਜਾਵੇਗਾ ਜਿਹੜਾ ਜਿੱਤ ਗਿਆ ਤੇ ਟੱਕਰ ਕੁੰਡਲਾ ਦੇ ਕਹਿੰਦੇ ਨਾਲ ਹੋਵੇਗੀ ਕੁੱਲ ਮਿਲਾ ਕੇ 6 ਓਵਰ ਦਾ ਮੈਚ ਹੋਵੇਗਾ ਪਹਿਲੇ ਓਵਰ ਦੀਆਂ ਬਾਲਾਂ ਪਾਉਣ ਵਾਸਤੇ ਮੁੰਡਾ ਕਹਿੰਦੇ ਗੁਰਜੀਤ ਬਿਲਕੁਲ ਕਹਿੰਦੇ ਤਿਆਰ ਪਰ ਤਿਆਰ ਹੈ ਰੈਸੇ ਨਗਰ ਦਾ ਕਹਿੰਦੇ ਇਲਾਕਾ ਹੈ ਰੈਸੇ ਨਗਰ ਦੇ ਬਿਲਕੁਲ ਕਹਿੰਦੇ ਨਾਲ ਕਰਕੇ ਵਸੇ ਹੋਏ ਪਿੰਡ ਔਰ ਉਹ ਪਿੰਡਾਂ ਚ ਮੁੰਡੇ ਕਹਿੰਦੇ ਚੱਲ ਗਏ ਨਾਨੂ ਵਾਲਾ ਪਿੰਡ ਸਭ ਤੋਂ ਪਹਿਲਾਂ ਕਹਿੰਦੇ ਪਵਾਰ ਸਰ ਜਿਹੜਾ ਕਹਿੰਦੇ ਨਾਂ ਰੱਖਿਆ ਗਿਆ ਸੀ ਕਿਉਂਕਿ ਪਵਾਰ ਕਹਿੰਦੇ ਪਰਿਵਾਰਾਂ ਦੀ ਜਿਹੜੀ ਕਹਿੰਦੇ ਬਹੁਮਤ ਹੁੰਦੀ ਸੀਗੀ ਔਰ ਉਸ ਤੋਂ ਬਾਅਦ ਕਹਿੰਦੇ ਰਾਜ ਸਿੰਘ ਰਾਜੇ ਨੇ ਕਹਿੰਦੇ ਨਾਮ ਤੇ ਜਿਹੜਾ ਕਹਿੰਦੇ ਨਾਂ ਰੱਖਿਆ ਗਿਆ ਉਸ ਸ਼ਹਿਰ ਉਸ ਮੰਡੀ ਦਾ ਆਹ ਮੁੰਡੇ ਕਹਿੰਦੇ ਉੱਥੋਂ ਚੱਲ ਕੇ ਆਏ ਹੈ ਪਰ ਸਾਹਮਣੇ ਵੇਖਾਂਗੇ ਰੰਗਲੇ ਕਹਿੰਦੇ ਪੰਜਾਬ ਦੀ ਧਰਤੀ ਤੋਂ ਆਹ ਚੋਬਰ ਕਹਿੰਦੇ ਜਿਉਣ ਵਾਲੇ ਪਿੰਡ ਦਾ ਕਹਿੰਦੇ ਅੰਬਰ ਪੈਂਦੀਆਂ ਵਾਲਾਂ ਦਾ ਕਹਿੰਦੇ ਸਾਹਮਣੇ ਕਰਨ ਵਾਸਤੇ ਬਿਲਕੁਲ ਤਿਆਰ ਪਰ ਤਿਆਰ ਹੈ ਨਾਲ ਕਹਿੰਦੇ ਭੀੜੀ ਵਾਲੇ ਪਿੰਡ ਦਾ ਮੁੰਡਾ ਕਹਿੰਦੇ ਐਡਵੋਕੇਟ ਕਹਿੰਦੇ ਕਮਲ ਬਿਲਕੁਲ ਕਹਿੰਦੇ ਤਿਆਰ ਪਰ ਤਿਆਰ ਹੈ ਜਿਹੜੇ ਕਹਿੰਦੇ ਮੁਕਤਸਰ ਸਾਹਿਬ ਦਾ ਕਹਿੰਦੇ ਵੱਡਾ ਕਹਿੰਦੇ ਪਿੰਡ ਬਣਦਾ ਹੈ ਪਰ ਸਾਹਮਣੇ ਵੱਡੇ ਮੈਚ ਦੀ ਸ਼ੁਰੂਆਤ ਪਹਿਲੀ ਵਾਰ ਉਹਦੇ ਪਾਸੇ ਉਹ ਗੁਰਜੀਤ ਨੇ ਕਹਿੰਦੇ ਚੋਟੀ ਦੀ ਪਾ ਦਿੱਤੀ ਹੈ ਮੁੰਡਾ ਕਹਿੰਦੇ ਬੜਾ ਟੋਪਰ ਖਿਡਾਰੀ ਹੈ ਐਨ ਕਹਿੰਦੇ ਚੜ੍ਹਦੀ ਬਰੇਸ ਦਾ ਜਿਹੜਾ ਖਿਡਾਰੀ ਹੈ ਔਰ ਸਾਹਮਣੇ ਵੇਖਾਂਗੇ ਵੱਡੇ ਕਿਹੜੇ ਕਹਿੰਦੇ ਕਰਮ ਪੁੱਟਣੇ ਸ਼ੁਰੂ ਕੀਤੇ ਹੈ ਔਰ ਸਾਹਮਣੇ ਚੱਲਦੇ ਹੋਏ ਕਹਿੰਦੇ ਮੇਲਿਆਂ ਦਾ ਮੁੰਡਾ ਕਹਿੰਦੇ ਬੈਸਟ ਜਿਹੜਾ ਨਿਕਲਦਾ ਔਰ ਸਾਹਮਣੇ ਵੇਖਾਂਗੇ ਪੰਜ ਪੀ ਕੋਨੀ ਦੀ ਧਰਤੀ ਜਿਹੜਾ ਕਹਿੰਦੇ ਸ੍ਰੀ ਗੰਗਾਨਗਰ ਬੜਾ ਕਹਿੰਦੇ ਮਾਨ ਮਤਾ ਨਗਰ ਜਿੱਥੇ ਕਹਿੰਦੇ ਅੱਜ ਵੱਡੀ ਰੌਣਕ ਲੱਗੀ ਹੈ ਰਾਮੂ ਕਹਿੰਦੇ ਜਾਲ ਦੀ ਢਾਣੀ ਤੇ ਵਸਿਆ ਹੋਇਆ ਰਾਮਨਗਰ ਉਸ ਤੋਂ ਬਾਅਦ ਕਹਿੰਦੇ 1927 ਦੀ ਈਸਵੀ ਵਿੱਚ ਗੰਗਾ ਨਹਿਰ ਦੀ ਜਿਹੜੀ ਕਹਿੰਦੇ ਉਦਘਾਟਨ ਤੋਂ ਬਾਅਦ ਮਹਾਰਾਜਾ ਗੰਗਾ ਸਿੰਘ ਦੇ ਨਾਮ ਤੇ ਵਸਿਆ ਹੋਇਆ ਸ਼ਹਿਰ ਗੰਗਾਨਗਰ ਜ਼ਿਲ੍ਹਾ ਜਿਹੜੇ ਕਹਿੰਦੇ ਜ਼ਿਲ੍ਹੇ ਦੇ ਹਿੱਸੇ ਸਭ ਤੋਂ ਵੱਧ ਬਾਗ ਸਭ ਤੋਂ ਵੱਧ ਪਾਣੀ ਸਭ ਤੋਂ ਵੱਧ ਪਿੰਡ ਜਿਹੜੇ ਆਏ ਹੈ ਤੇ ਸਭ ਤੋਂ ਵੱਧ ਹਨੇਰੀਆਂ ਵੀ ਜਿਹੜੀਆਂ ਕਹਿੰਦੇ ਇਸ ਜ਼ਿਲ੍ਹੇ ਚ ਆਉਂਦੀਆਂ ਨੇ ਪਰ ਜਿਹੜੀ ਹਨੇਰੀ ਪਿਛਲੇ ਮੈਚ ਆਈ ਹੈ ਉਹੋ ਜਿਹੀ ਹਨੇਰੀ ਕਦੇ ਨੀ ਆਉਣੀ ਇਹ ਗੱਲ ਵੀ ਪੱਕੀ ਹੈ ਬਾਲ ਪਾਉਂਦਾ ਮੁੰਡਾ ਕਹਿੰਦੇ ਨਾਨੂ ਵਾਲੇ ਪਿੰਡ ਦਾ ਗੁਰਜੀਤ ਵੱਡੇ ਵੱਡੇ ਬੱਲਾਬਾਜ਼ਾਂ ਨੂੰ ਰੋਕਣ ਦਾ ਕਹਿੰਦੇ ਦਮ ਰੱਖਣ ਵਾਲਾ ਕਹਿੰਦੇ ਖਿਡਾਰੀ ਹੈ ਔਰ ਸਾਹਮਣੇ ਮੁੰਡਾ ਕਹਿੰਦੇ ਜਿਉਣ ਵਾਲੇ ਪਿੰਡ ਦਾ ਅੰਬਰ ਪੁੱਜਿਆ ਹੋਇਆ ਹੈ ਪਹਿਲੀ ਵਾਰ ਦੇ ਸ਼ੋਟ ਬੜੇ ਕਹਿੰਦੇ ਕਮਾਲ
ਚਾਹੁੰਦਾ ਕਿ ਰਾਈਟ ਕਲੀਅਰ ਦੇ ਬਾਉਂਡਰੀ ਕਲੀਅਰ ਚਾਰਾਂ ਸਕੋਰਾਂ ਦੇ ਵਾਧੇ ਜਿਹੜੇ ਕਹਿੰਦੇ ਆਪਣੀ ਟੀਮ ਵਾਸਤੇ ਨੌਜਵਾਨ ਨੇ ਕੀਤੇ ਨੇ। ਪਹਿਲੇ ਓਵਰ ਦੀਆਂ ਬਾਲਾਂ ਨੇ ਟਕਰਾਵੀ ਜਿਹੜੀ ਕਹਿੰਦੇ ਦੇਖਣ ਵਾਲੀ ਹੋਵੇਗੀ ਐਨ ਸਿਰੇ ਦਾ ਮੈਚ ਜਿਹੜਾ ਕਹਿੰਦੇ ਖੇਡਿਆ ਜਾਵੇਗਾ। ਪੰਜ ਪੀਕ ਕੋਨੀ ਵਾਲਿਆਂ ਨੇ ਮੇਲਾ ਚੜਾਇਆ ਤੇ ਦੁਨੀਆਂ ਦੇ ਕਹਿੰਦੇ ਵੱਡੇ ਵੱਡੇ ਮੰਨ ਆ ਕਹਿੰਦੇ ਧਰਤੀ ਉੱਪਰ ਪੁੱਜੇ ਆ ਤੇ ਚਰਚੇ ਹੁੰਦੇ ਆ। ਮੈਚ ਜਿੰਨੇ ਹੋਏ ਆ ਜਿੰਨੇ ਹੋਈ ਜਾਂਦੇ ਆ ਤੇ ਜਿੰਨੇ ਹੋਣੇ ਆ ਮੈਚ ਕਾਹਦੇ ਆ ਮੇਰੀ ਆਗੀ ਪਈ ਜਾਂਦੀ ਹੈ। ਪਰ ਪੈਂਦੀ ਵਾਰ ਉਹਦੇ ਦੇ ਪਾਸੇ ਮੁੰਡਾ ਕਹਿੰਦੇ ਜੌਨ ਪਿੰਡ ਵਾਲਾ ਐਨ ਕਹਿੰਦੇ ਕਮਾਲ ਕਰ ਗਿਆ ਤੇ ਸਾਹਮਣੇ ਕਹਿੰਦੇ ਚਾਰ ਸਕੋਰਾਂ ਦੇ ਵਾਧੇ ਜਿਹੜੇ ਕਹਿੰਦੇ ਚੋਕਰ ਨੇ ਹੋਰ ਕਰ ਦਿੱਤੇ ਆ ਆਪਣੀ ਕਹਿੰਦੇ ਟੀਮ ਵਾਸਤੇ। ਦੋਨੋਂ ਪਾਸੇ ਕਹਿੰਦੇ ਐਨ ਚੋਟੀ ਚੋਟੀ ਦੇ ਮਾਲ ਜਿਹੜੇ ਕਹਿੰਦੇ ਭਿੜ ਰਿਹਾ ਹੈ। ਮੁੰਡਾ ਕਹਿੰਦੇ ਨਾਨੂ ਵਾਲੇ ਪਿੰਡ ਦਾ ਚਲਦੇ ਸਮੇਂ ਦਾ ਸਟਾਰ ਹੈ ਔਰ ਸਾਹਮਣੇ ਜਿਹੜਾ ਕਹਿੰਦੇ ਬੱਲੇਬਾਜ਼ੀ ਕਰਦਾ ਹੈ ਇਹ ਪੰਜਾਬ ਚੋਂ ਚੱਲ ਕੇ ਆਇਆ ਹੈ। ਇਹ ਜੌਨ ਵਾਲੇ ਪਿੰਡ ਵਾਲਾ ਮੁੰਡਾ ਕਹਿੰਦੇ ਅੰਬਰ ਪਹਿਲੀਆਂ ਚ ਕਹਿੰਦੇ ਚਰਚੇ ਕਰਾਏ ਹੈ ਲੰਮੀ ਕਹਿੰਦੇ ਰੇਸ ਦਾ ਘੋੜਾ ਅੱਜ ਵੀ ਮੁੰਡਾ ਕਹਿੰਦੇ ਉਸੇ ਤਰ੍ਹਾਂ ਫਿੱਟ ਖੇਡੀ ਜਾਂਦਾ ਹੈ ਉਸੇ ਤਰ੍ਹਾਂ ਬੱਲੇ ਬੱਲੇ ਕਰਾਈ ਜਾਂਦਾ ਹੈ। ਟੱਕਰ ਬੜੀ ਕਹਿੰਦੇ ਚੋਟੀ ਦੀ ਖੇਡੀ ਜਾ ਰਹੀ ਹੈ। ਪਹਿਲੇ ਓਵਰ ਦੀਆਂ ਬਾਲਾਂ ਜਿਹੜੀਆਂ ਕਹਿੰਦੇ ਇਹਨਾਂ ਨੂੰ ਵਾਲੀਆਂ ਕਹਿੰਦੇ ਗੁਰਜੀਤ ਬਿਲਕੁਲ ਕਹਿੰਦੇ ਪਾਉਣ ਵਾਸਤੇ ਤਿਆਰ ਵਰ ਤਿਆਰ ਹੈ ਔਰ ਸਾਹਮਣੇ ਵੇਖਣਗੇ ਅੰਬਰ ਤੇ ਗੁਰਜੀਤ ਗੁਰਜੀਤ ਤੇ ਅੰਬਰ ਪੈਂਦੀ ਵਾਰ ਉਹਦੇ ਦੇ ਪਾਸੇ। ਵਾਹ ਜੀ ਵਾਹ ਸ਼ੋਟ ਬੜੇ ਕਹਿੰਦੇ ਕਮਾਲ ਦਾ ਹੈ ਪਰ ਫੀਲਡਰ ਜਿਹੜਾ ਕਹਿੰਦੇ ਮਜ਼ਬੂਰ ਮੁੰਡਾ ਕਹਿੰਦੇ ਅਮੇਸ਼ ਬਾਲ ਨੂੰ ਕਹਿੰਦੇ ਫੀਲਡ ਕਰਦਾ ਹੈ। ਇੱਕ ਸਿੰਗਲ ਦੇ ਵਾਧੇ ਹੋਏ ਹੈ ਤੇ ਸਾਹਮਣੇ ਵੇਖਾਂਗੇ ਭੀੜੀ ਵਾਲੇ ਪਿੰਡ ਦਾ ਜਿਹੜਾ ਕਹਿੰਦੇ ਕਮਲ ਬਿਲਕੁਲ ਕਹਿੰਦੇ ਤਿਆਰ ਵਰ ਤਿਆਰ ਹੈ। ਪਹਿਲੇ ਓਵਰ ਦੀਆਂ ਬਾਲਾਂ ਨੇ ਜਿਹੜੀ ਜਿੱਤ ਗਈ ਟੱਕਰ ਕੁੰਡਲਾ ਪਿੰਡ ਦੇ ਨਾਲ ਖੇਡੀ ਜਾਣੀ ਹੈ। ਇੱਕ ਮਿੰਟ ਬਈ ਮੰਨੀ ਬਾਈ ਸਾਡਾ ਵੀਰ ਜਿੱਥੇ ਵੀ ਵਾਸ ਹੁੰਦਾ ਹੈ ਤੇ ਪ੍ਰਬੰਧਕ ਬਾਈ ਕਹਿੰਦੇ ਵੀ ਪਾਣੀ ਵਾਲੀ ਡਿਊਟੀ ਜ਼ਰੂਰ ਸੰਭਾਲੇ ਇਹ ਸਾਡੀ ਬੇਨਤੀ ਹੈ। ਲਾਸਟ ਵਾਲਾ ਪਹਿਲੇ ਓਵਰ ਨੇ ਭੀੜੀ ਵਾਲੇ ਪਿੰਡ ਦਾ ਕਹਿੰਦੇ ਕਮਲ ਉਹ ਬੱਲੇ ਬੱਲੇ ਕਰਦਾ ਟਰਾਈ ਔਰ ਉਦਲੇ ਪਾਸੇ ਵੇਖਾਂਗੇ ਇਹਨਾਂ ਨੂੰ ਆ ਰਹੀ ਹੈ ਗੁਰਜੀਤ ਜਿਹਨੇ ਕਹਿੰਦੇ ਕਮਾਲ ਹੀ ਕਰ ਦਿੱਤੀ ਹੈ। ਵੱਡਾ ਮਨ ਕਹਿੰਦੇ ਆਊਟ ਹੋ ਕੇ ਵਾਪਸ ਮੁੜ ਗਿਆ ਹੈ ਤੇ ਬਾਜੀ ਜਿਹੜਾ ਕਹਿੰਦੇ ਨਾਨੂ ਵਾਲੀ ਕਹਿੰਦੇ ਕਹਿੰਦੇ ਤੇ ਵਾਲਾ ਮੁੰਡਾ ਕਹਿੰਦੇ ਗੁਰਜੀਤ ਮਰ ਗਿਆ ਵੀ ਇੱਕ ਓਵਰ ਦੇ ਨੌ ਬਣੇ ਹੈ ਇੱਕ ਓਵਰ ਸਮਾਪਤ ਹੈ ਤੇ ਨੌ ਸਕੋਰ ਬਣੇ ਹੈ ਵੀ ਜੋ ਸੀ ਨਾਨੂ ਖਾਂ ਖਵਾਉਂਦਾ ਜਿਹਨੂੰ ਹੱਥ ਨਹੀਂ ਸੀ ਕੋਈ ਪਾਉਂਦਾ ਹੈ ਅੱਜ ਧੱਕੇ ਚੜ ਗਿਆ ਯਾਰਾਂ ਦੇ ਨੀ ਉਹ ਕਿਸਮਤ ਖੋਟੀ ਦਾ ਦੇਖ ਰਗੜ ਕੇ ਰੱਖਤਾ ਨੀ ਅੱਜ ਵੈਲੀ ਚੋਟੀ ਦਾ ਵੱਡਾ ਖਿਡਾਰੀ ਆਊਟ ਹੋ ਕੇ ਵਾਪਸ ਮੁੜ ਗਿਆ ਹੈ ਔਰ ਸਾਹਮਣੇ ਵੇਖਾਂਗੇ ਇੱਕ ਓਵਰ ਦੇ ਨੌ ਸਕੋਰ ਜਿਹੜੇ ਕਹਿੰਦੇ ਬਣੇ ਹੈ। ਭਾਈ ਭੀਟੀ ਵਾਲਿਆਂ ਦਾ ਇੱਕ ਵੀਰ ਸਾਡੇ ਕੋਲ ਜ਼ਰੂਰ ਆ ਜੇ ਭੀਟੀ ਵਾਲੇ ਪਿੰਡ ਦਾ ਇੱਕ ਬੰਦਾ ਸਾਡੇ ਕੋਲ ਜ਼ਰੂਰ ਆ ਜੇ ਸਾਡੀ ਬੇਨਤੀ ਹੈ। ਇੱਕ ਓਵਰ ਦੇ ਨੌ ਬਣਿਆ ਦੂਜੇ ਓਵਰ ਦੀ ਸ਼ੁਰੂਆਤ ਹੋਵੇਗੀ ਲੋਕੇਸ਼ ਆ ਗਿਆ ਨਜ਼ਰ ਦੂਜੇ ਓਵਰ ਦੀ ਵਾਰ ਪਾਉਣ ਵਾਸਤੇ ਬਿਲਕੁਲ ਖਿਡਾਰੀ ਜਿਹੜਾ ਕਹਿੰਦੇ ਤਿਆਰ ਵਰ ਤਿਆਰ ਹੈ। ਇੱਕ ਪਾਸੇ ਰਾਜਸਥਾਨ ਭਾਰਤ ਦੀ ਸਭ ਤੋਂ ਵੱਡੀ ਕਹਿੰਦੇ ਸਟੇਟ ਉਸ ਤੋਂ ਪਹਿਲਾਂ ਜਿਹੜੀ ਕਹਿੰਦੇ ਐਮਪੀ ਸਭ ਤੋਂ ਵੱਡੀ ਸਟੇਟ ਹੁੰਦੀ ਸੀ ਪਰ ਉਸ ਤੋਂ ਜਦੋਂ ਛੱਤੀਸਗੜ੍ਹ ਕਹਿੰਦੇ ਅੱਡ ਸਟੇਟ ਬਣੀ ਤੇ ਮੌਜੂਦਾ ਕਹਿੰਦੇ ਸਮੇਂ ਦੀ ਸਭ ਤੋਂ ਵੱਡੀ ਸਟੇਟ 33 ਤੋਂ ਕਹਿੰਦੇ 52 ਜ਼ਿਲ੍ਹੇ ਜਿਹਨਾਂ ਕਹਿੰਦੇ ਸ੍ਰੀ ਗੰਗਾ ਨਗਰ ਵੱਡੀ ਰੌਣਕ ਹੈ ਤੇ ਲੋਕੇਸ਼ ਨੌਜਵਾਨ ਕਹਿੰਦੇ ਬਾਲ ਪਾਉਣ ਵਾਸਤੇ ਵਾਧਾ ਪਰ ਸਾਹਮਣੇ ਅੰਬਰ ਬਾਲ ਡਾਟ ਜਿਹੜੀ ਕਹਿੰਦੇ ਹੋ ਚੁੱਕੀ ਹੈ ਦੂਜੇ ਓਵਰ ਦੀ ਸ਼ੁਰੂਆਤ ਬਰਾਬਰ ਦੇ ਖਿਡਾਰੀ ਨੇ ਦੋਨੇ ਪਾਸੇ ਐਨ ਬਰਾਬਰੀ ਦਾ ਜਿਹੜਾ ਕਹਿੰਦੇ ਮੈਚ ਚੱਲ ਰਿਹਾ ਹੈ। ਇੱਕ ਪਾਸੇ ਰੰਗਲੇ ਕਹਿੰਦੇ ਪੰਜਾਬ ਦੀ ਧਰਤੀ ਇੱਕ ਪਾਸੇ ਰੰਗਲਾ ਰਾਜਸਥਾਨ
ਤੇ ਸਾਹਮਣੇ ਵੇਖਾਂਗੇ ਪੈਂਦੀਆਂ ਨੇ ਬਾਲਾ। ਮੁੰਡਾ ਕਹਿੰਦੇ ਰਕੇਸ਼, ਜਿਹੜਾ ਕਹਿੰਦੇ ਦੂਜੇ ਉਮਰ ਦੀਆਂ ਬਾਲਾਂ ਭਾ ਰਿਹਾ ਹੈ, ਔਰ ਦੂਜੇ ਪਾਸੇ ਮੁੰਡਾ ਅੰਬਰ ਟੱਕਰ ਵੇਖਣ ਵਾਲੀ ਹੈ। ਉੱਧਰ ਨੀ ਬਾਲ ਸਿਰੇ ਦੀ ਬਾਲ ਚੋਟੀ ਦੀ ਹੈ, ਔਰ ਇੱਕ ਸਿੰਗਲ ਦੀ ਵਾਧੀ ਹੋਈ ਸਟ੍ਰਾਈਕ ਦੀ ਜਿਹੜੀ ਕਹਿੰਦੇ ਚੇਂਜ ਕੀਤੀ ਗਈ ਹੈ। ਇੱਕ ਸਕੋਰ ਜਿਹੜਾ ਕਹਿੰਦੇ ਜੁੜਿਆ 9 ਸੀਗੇ 10 ਬਣ ਗਏ ਹੈ। ਦੂਜੇ ਉਮਰ ਦੀਆਂ 2 ਬਾਲਾਂ ਹੋ ਗਈਆਂ ਨੇ। ਅੰਬਰ ਬੱਲੇਬਾਜ਼ ਦਾ ਨਾਂ ਦੱਸੀ ਵੀਰੇ, ਸਨੀ ਸਨੀ ਹੈ। ਦੂਜੇ ਓਵਰ ਦੀਆਂ ਬਾਲਾਂ ਨੇ ਇਧਰਲੇ ਪਾਸੇ ਨਾਨੂ ਵਾਲੇ ਮੁੰਡੇ ਬਿਲਕੁਲ ਕਹਿੰਦੇ ਸਮਝਾ ਰਹੇ ਆ ਲੋਕੇਸ਼ ਨੂੰ ਵੀ ਵੱਡਾ ਮੈਚ ਆ, ਜੇ ਜਿੱਤ ਗਏ ਤੇ ਫਿਰ ਪੂਲ ਕਲੀਅਰ ਮੈਚ ਦੀਆਂ ਗੱਲਾਂ ਬਾਤਾਂ ਹੋਣਗੀਆਂ। ਦੂਜੇ ਓਵਰ ਦੀਆਂ ਬਾਲਾਂ ਨੇ ਮੁੰਡਾ ਕਹਿੰਦੇ ਸ਼ਮੀ ਬਿਲਕੁਲ ਤਿਆਰ ਵਰ ਤਿਆਰ ਆ ਲੋਕੇਸ਼ ਦੇ ਨਾਲ, ਜਿਹੜੀ ਕਹਿੰਦੇ ਟੱਕਰ ਵੇਖਣ ਵਾਲੀ ਹੋਵੇਗੀ। ਦੂਜੇ ਓਵਰ ਦੀਆਂ ਬਾਲਾਂ ਨੇ ਘੇਰਾ ਜਿਹੜਾ ਕਹਿੰਦੇ ਸਮਾਪਤੀ ਵੱਲ ਵੱਧਦਾ ਜਾ ਰਿਹਾ ਹੈ। ਫੀਲਡ ਸੈੱਟ ਕੀਤੀ ਜਾ ਰਹੀ ਹੈ, ਫੀਲਡ ਚ ਤਬਦੀਲੀ ਕੀਤੀ ਜਾ ਰਹੀ, ਕਿਉਂਕਿ ਰਾਈਟ ਹੈਂਡ ਬੱਲੇਬਾਜ਼ ਲੈਫਟ ਹੈਂਡ ਬੱਲੇਬਾਜ਼ ਜਿਹੜਾ ਕਹਿੰਦੇ ਕੋਂਬੀਨੇਸ਼ਨ ਕਿਤੇ ਨਾ ਕਿਤੇ ਜਿਹੜਾ ਕਹਿੰਦੇ ਪਰੇਸ਼ਾਨ ਕਰ ਰਿਹਾ ਸਾਹਮਣੇ। ਆਹ ਲੋਕੇਸ਼ ਦੀ ਜਿਹੜੀ ਕਹਿੰਦੇ ਚੋਟੀ ਦੀ ਹੈ, ਬਿਲਕੁਲ ਟੱਪੇ ਟਿਕਾਣੇ ਦੇ ਬਾਲਾਂ ਮੁੰਡੇ ਕਹਿੰਦੇ ਭਾ ਰਿਹਾ ਹੈ। ਦੂਜੇ ਓਵਰ ਦੀਆਂ ਬਾਲਾਂ ਨੇ ਮੁੰਡੇ ਰਾਜਸਥਾਨ ਵਾਲੇ ਚੜ ਚੜ ਕੇ ਬਾਲਾਂ ਭਾ ਰਹੇ ਆ ਵੀ ਜਿਗਰੇ ਦੇ ਬਿਨਾਂ ਇੱਥੇ ਪੈਂਦੀਆਂ ਨਾ ਬਾਲਾਂ ਤੇ ਹਨੇਰਿਆਂ ਆਊਟ ਹੋ ਗਿਆ ਵੀ ਕਮਲ ਪੈਂਦੇ ਆ। ਸੌਖੇ ਨਹੀਂ ਉਹ ਮਿੱਤਰਾਂ ਮੈਦਾਨ ਜਿੱਤਣੇ ਤੇ ਮੱਥੇ ਚੋਟੀ ਦੇ ਖਿਡਾਰੀਆਂ ਨਾਲ ਲਾਉਣੇ ਪੈਂਦੇ ਆ, ਚੋਟੀ ਦੇ ਮਾਰਨੇ ਦੋਨੇ ਪਾਸੇ ਟੱਕਰ ਵੇਖਣ ਵਾਲੀ ਹੈ ਤੇ ਪੈਦੀ ਵਾਲ ਦੋਨੇ ਪਾਸੇ ਫੇਰ ਆਓ ਬੱਲੇ ਬੱਲੇ ਉਹਨੇ ਕਹਿੰਦੇ ਕਮਾਲ ਕਰ ਗਿਆ। ਸੇਫ ਹਿੱਟ ਹੈ ਤੇ 4 ਸਕੋਰਾਂ ਦੇ ਜਿਹੜੇ ਕਹਿੰਦੇ ਵਾਧੇ ਹੋ ਚੁੱਕੇ ਆ। ਨਾਨੂ ਵਾਲਿਆਂ ਨੇ ਜਾਣਦੇ ਆ ਵੀ ਸਕੋਰ ਤੇ ਬੰਨੇ ਆ, ਪਰ ਜੇ ਘੱਟ ਤੋਂ ਘੱਟ 7 ਤੇ ਵੀ ਰੋਕਣੇ ਤੇ ਗੱਲ ਬਣ ਜਾਣੀ ਹੈ। ਔਰ ਉਧਰਲੇ ਪਾਸੇ ਇੱਕ ਪਾਸਾ ਢੀਡੀ ਵਾਲਾ ਪਿੰਡ ਹੈ, ਇੱਕ ਪਾਸੇ ਨਾਨੂ ਵਾਲਾ ਪਿੰਡ ਹੈ, ਇੱਕ ਪਾਸੇ ਰਾਜਸਥਾਨ ਹੈ, ਇੱਕ ਪਾਸੇ ਕਹਿੰਦੇ ਪੰਜਾਬ ਤੇ ਟੱਕਰ ਕਹਿੰਦੇ ਮਹਿੰਗੇ ਮੁੱਲ ਦੀ ਜਿਹੜੀ ਕਹਿੰਦੇ ਖੇਡੀ ਜਾ ਰਹੀ ਹੈ। ਐਨ ਕਹਿੰਦੇ ਸਾਹਮਣੇ ਬੱਲੇ ਬੱਲੇ ਹੋ ਰਹੀ ਹੈ ਦੂਜੀ ਓਵਰ ਦੀਆਂ ਬਾਲਾਂ ਨੇ। ਔਰ ਉਧਰਲੇ ਪਾਸੇ ਲਕੇਸ਼ ਮੁੰਡਾ 9 ਨੰਬਰ ਕਿੱਟ ਬਿਲਕੁਲ ਕਹਿੰਦੇ ਤਿਆਰ ਵਰ ਤਿਆਰ ਹੈ। ਉਮੇਸ਼ ਪੁੱਜਿਆ ਹੋਇਆ ਅਮਰ ਸਿੰਘ ਵਾਲੇ ਪਿੰਡ ਦਾ, ਨਾਲ ਕਹਿੰਦੇ ਰੋਬਿਨ ਪੁੱਜਿਆ ਹੋਇਆ ਕਹਿੰਦੇ ਰੂਪਗੜ੍ਹ ਦੀ ਕਹਿੰਦੇ ਧਰਤੀ ਦਾ। ਔਰ ਸਾਹਮਣੇ ਵੇਖਾਂਗੇ ਮੁੰਡੇ ਢੀਡੀ ਵਾਲੇ ਪਿੰਡ ਵਾਲਿਆਂ ਨੇ ਕਹਿੰਦੇ ਸ਼ਾਂਤੀ ਕਹਿੰਦੇ ਢਾਬਾ ਵਾਲਾ ਵੱਡਾ ਮਾਣ ਕੀਤਾ ਕਹਿੰਦੇ ਉਸ ਖਿਡਾਰੀ ਦੇ, ਦੁਨੀਆਂ ਦਾ ਕਹਿੰਦੇ ਮਹਾਨ ਖੇਡ ਕਾਸਕੋ ਦਾ ਜਿਹੜਾ ਕਹਿੰਦੇ ਵੱਡਾ ਮਾਲ ਹੈ। ਔਰ 35 ਵਾਲੇ ਦੋਨੇ ਪਾਸੇ ਬੱਲੇ 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 ਔਰ ਬੱਲੇ ਉਹ ਮੁੰਡਿਆ ਐਨ ਸਿਰੇ ਦੀ ਹਿੱਟਾ ਹੈ ਤੇ 6 ਦੇ ਵਾਧੇ ਹੋ ਗਏ ਹੈ। ਢੀਡੀ ਵਾਲਾ ਐਨ ਕਹਿੰਦੇ ਕਮਾਲ ਮੁੰਡਾ ਕਹਿੰਦੇ ਘਰ ਗਿਆ ਹੈ। ਸਕੋਰ ਜਿਹੜੇ ਕਹਿੰਦੇ 6 ਰੁੜ ਗਏ ਹੈ, 20 ਸਕੋਰ ਜਿਹੜੇ ਕਹਿੰਦੇ ਬਚ ਕੇ ਲਾਸਟ ਵਾਲ ਦੂਜੇ ਓਵਰ ਦੀ ਬਾਕੀ ਆ। ਪਿਛਲੀਆਂ 2 ਬਾਲਾਂ ਤੇ ਜਿਹੜੀਆਂ ਕਹਿੰਦੇ ਲਗਾਤਾਰ 2 ਹਿੱਟਾਂ ਆ ਗਈਆਂ, ਲਾਸਟ ਬਾਲ ਹੈ ਆਹ ਬਾਲ ਤੇ ਹਿੱਟ ਵੀ ਜਿਹੜੀ ਕਹਿੰਦੇ ਆਊਗੀ ਜਿਹੜੇ ਹਿਸਾਬ ਨਾਲ ਮੁੰਡਾ ਕਹਿੰਦੇ ਫਿੱਟ ਹੋ ਗਿਆ ਹੈ। ਲਾਸਟ ਬਾਲ ਦੂਜੇ ਓਵਰ ਦੀ ਘੇਰਾ ਸਮਾਪਤੀ ਵੱਲ ਜਿਹੜਾ ਕਹਿੰਦੇ ਵੱਧਦਾ ਜਾ ਰਿਹਾ ਹੈ। ਔਰ ਦੋਨੋਂ ਪਾਸੇ ਜਿਹੜਾ ਕਹਿੰਦੇ ਟੀਮਾਂ ਦਾ ਜ਼ੋਰ ਲੱਗਿਆ ਹੋਇਆ ਹੈ ਵੀ ਜਦ ਲੋਹਾ ਕੱਟਦਾ ਲੋਹੇ ਨੂੰ ਭਾਂਬੜ ਮੱਚੇ ਚੰਗਿਆਰਾਂ ਦਾ, ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਤੇ ਮੁੱਲ ਪੈਂਦਾ ਨਾ ਸੋਕੇ ਮਾਰੇ ਲਲਕਾਰਿਆਂ ਦਾ। ਲਾਸਟ ਵਾਲਾ ਦੂਜੇ ਓਵਰ ਦੀ ਤੇ ਬਾਲ ਦਾ ਜਿਹੜਾ ਕਹਿੰਦੇ ਇੰਤਜ਼ਾਰ ਕੀਤਾ ਜਾ ਰਿਹਾ ਕਿਉਂਕਿ ਨਵੀਆਂ ਬਾਲਾਂ ਨੇ। ਲਓ ਜੀ ਲਾਸਟ ਰਾਲ ਸਨੀ ਉਹ ਬੱਲੇ ਬਾਲ ਸਿਰੇ ਦੀ ਹੈ ਤੇ ਦੌੜ ਬਾਲ ਦੇ ਨਾਲ ਜਿਹੜੀ ਕਹਿੰਦੇ ਓਵਰ ਦੀ ਸਮਾਪਤੀ 2 ਓਵਰ ਦੇ 20 ਬਣੇ ਹੈ। ਘੇਰਾ ਜਿਹੜਾ ਕਹਿੰਦੇ ਸਮਾਪਤ ਦਾ ਸਰਕਲ ਸਮਾਪਤ ਹੈ, 2 ਓਵਰ ਦੇ 20 ਬਣੇ ਹੈ, 4 ਓਵਰ ਬਾਕੀ ਰਹਿਣ ਵਾਲੀਆਂ, 24 ਬਾਲਾਂ। ਇਹ ਤੈਅ ਕਰ ਰਹੀ ਹੈ ਵੀ ਟਾਰਗੇਟ ਕਿੰਨਾ ਸੈੱਟ ਹੁੰਦਾ ਹੈ।
ਇਹਦੇ ਟਾਰਗੇਟ ਹਿਸਾਬ ਕਿਤਾਬ ਚ ਹੋਇਆ ਤੇ ਨਾਨੂ ਵਾਲੀ ਦੀ ਟੀਮ ਵੱਡੇ ਬੱਲੇਬਾਜ਼ਾਂ ਮੁੰਡਿਆਂ ਦੇ ਕੋਲ ਤੇ ਟਾਰਗੇਟ ਚੇਂਜ ਕਰਨਾ ਕਿਤੇ ਦਮਕ ਰੱਖਣ ਵਾਲੇ ਕਿਤੇ ਖਿਡਾਰੀ ਨੇ ਪਰ ਸਾਹਮਣੇ ਦੋ ਓਵਰ ਤੇ 20 ਬਣੇ ਆ ਪਰ ਜਾਉਣ ਵਾਲੇ ਪਿੰਡ ਦਾ ਜਿੰਨਾ ਚਿਰ ਅੰਬਰ ਖੜਾ ਤੇ ਖੜ ਕੇ ਨਿਬੇੜੇ ਕਰਨ ਵਾਲਾ ਕਿਤੇ ਖਿਡਾਰੀ ਹੈ ਓਵਰ ਤੇ 20 ਤੀਜੇ ਓਵਰ ਦੀ ਸ਼ੁਰੂਆਤ ਸਾਹਮਣੇ ਵੇਖਾਂਗੇ ਖਿਡਾਰੀ ਮੈਨੂੰ ਲੱਗਦਾ ਚੋਗੀ ਕਿਤੇ ਬਾਲ ਪਾਉਣ ਵਾਸਤੇ ਆ ਗਿਆ ਹੈ ਮੰਨੀ ਬਾਈ ਸਾਡਾ ਕਿੱਥੇ ਆ ਵੀਰ ਸਾਡਾ ਪ੍ਰਬੰਧਕ ਯਾਦ ਕਰੀ ਜਾਂਦੇ ਹੈ ਮੰਨੀ ਬਾਈ ਸਾਡਾ ਜਿਹੜੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਭਰਾ ਬਣ ਕੇ ਜ਼ਿੰਮੇਵਾਰੀਆਂ ਨਿਭਾਉਣਾ ਮੰਨੀ ਬਾਈ ਵੀਰ ਸਾਡਾ ਜਿੱਥੇ ਵਾਸ ਹੁੰਦਾ ਹੈ ਗਰਾਊਂਡ ਚ ਵੀ ਪਾਣੀ ਪਹੁੰਚਦਾ ਕਰ ਦੋ ਬੋਤਲ ਦੇ ਨਾਲ ਮੰਨੀ ਬਾਈ ਸਾਡਾ ਜਿੱਥੇ ਵਾਸ ਹੁੰਦਾ ਵੀਰੇ ਪ੍ਰਬੰਧਕ ਯਾਦ ਕਰੀ ਜਾਂਦੇ ਪਾਣੀ ਜਿਹੜੀ ਛੋਟਾ ਜਿਹਾ ਪਾਣੀ ਦੋ ਓਵਰ ਤੇ 20 ਸਕੋਰ ਨੇ ਤੀਜੇ ਓਵਰ ਦੀ ਸ਼ੁਰੂਆਤ ਮੁੰਡਾ ਕਹਿੰਦੇ ਜੋਗੀ ਬਾਲ ਪਾਉਣ ਵਾਸਤੇ ਬਿਲਕੁਲ ਤਿਆਰ ਵਰ ਤਿਆਰ ਹੈ ਸਾਹਮਣੇ ਮੁੰਡਾ ਕਹਿੰਦੇ ਜਾਉਣ ਵਾਲੇ ਪਿੰਡ ਦਾ ਕਹਿੰਦੇ ਅੰਬਰ ਮੁੰਡਾ ਕਰਾਉਂਦਾ ਚਰਚੇ ਅੱਜ ਧਰਤੀ ਕਹਿੰਦੇ ਰਾਜਸਥਾਨ ਦੀ ਖੇਡ ਬਣਾਇਆ ਵੱਡਾ ਮੇਲਾ ਕੋਨੀ ਦਾ ਤੇ ਸਾਹਮਣੇ ਪਹਿਲੀ ਵਾਰ ਜੋਗੀ ਦੀ ਬੜੀ ਕਹਿੰਦੇ ਟੌਪ ਦੀ ਹੈ ਖਿਡਾਰੀ ਜਿਹੜਾ ਫੀਲਡਰ ਜਿਹੜਾ ਕਹਿੰਦੇ ਮੌਜੂਦ ਹੈ ਸੈਂਟੀ ਬੈਟਿੰਗ ਨਹੀਂ ਆਇਆ ਭਈਆ ਦੂਜੇ ਦੀ ਕਾਲ ਤੇ ਦੋ ਸਕੋਰ ਦੇ ਵਾਧੇ ਜਿਹੜੇ ਕਹਿੰਦੇ ਹੋ ਚੁੱਕੇ ਆ ਪਹਿਲੀ ਵਾਰ ਦੇ ਉੱਪਰ ਦੋ ਸਕੋਰ ਆਏ ਆ ਤੇ 22 ਬਣ ਗਏ ਕਦੇ ਮੂਸੇ ਵਾਲੇ ਸਿੱਧੂ ਨੇ ਕਦੇ ਜੀਤਾਂ ਦੇ ਵਿੱਚ ਜ਼ਿਕਰ ਕੀਤਾ ਵੀ ਜਿਹੜੇ ਰੰਨਾਂ ਦੇ ਸੀ ਲੱਕ ਮਿਣ ਦੇ ਨੀਵੇਂ ਅਸਲੇ ਦੇ ਗਾਉਣ ਲਾ ਤੇ ਨੀ ਤੇਰੇ ਬੰਬੇ ਬੁੰਬੇ ਆਲੇ ਮਿੱਠੀਏ ਨੀਵੇਂ ਮੂਸੇ ਪਿੰਡ ਆਉਣ ਲਾ ਤੇ ਨੀ ਔਰ 22 ਸਕੋਰ ਜਿਹੜੇ ਕਦੇ ਬਣ ਚੁੱਕੇ ਆ ਜੋਗੀ ਦੀਆਂ ਬਾਲਾਂ ਨੇ ਔਰ ਸਾਹਮਣੇ ਮੁੰਡਾ ਜਾਉਣ ਵਾਲੇ ਪਿੰਡ ਦਾ ਕਹਿੰਦੇ ਅੰਬਰ ਪੈਂਦੀਆਂ ਬਾਲਾਂ ਦਾ ਨੌਜਵਾਨ ਕਹਿੰਦੇ ਸਾਹਮਣਾ ਕਰਨਾ ਸੀ ਤਿਆਰ ਵਰ ਤਿਆਰ ਹੈ ਵੀ ਜੋਗੀ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ ਤੇ ਮੁੰਦਰਾਂ ਦੇ ਵਿੱਚ ਮੇਰਾ ਮੂੰਹ ਦਿਸਦਾ ਹੈ ਮੈਨੂੰ ਜਿਹੜੇ ਪਾਸੇ ਦੇਖਾਂ ਸੱਚੀ ਤੋਂ ਦਿਸਦਾ ਹੈ ਪਹਿਲੀ ਵਾਰ ਜੋਗੀ ਦੀ ਉਹਨਾਂ ਦੇ ਪਾਸੇ ਅੰਬਰ ਤਿਆਰ ਉਹ ਬੱਲੇ ਬਾਲ ਕਹਿੰਦੇ ਚੋਟੀ ਦੀ ਹੈ ਕੱਟਰ ਬਾਲ ਪਾਈ ਗਈ ਨਕਲ ਬਾਲ ਪਾਈ ਗਈ ਹੈ ਤੇ ਪੰਜਾਬ ਵਾਲਿਆ ਖੜਕਾ ਦੜਕਾ ਕਰਨਾ ਪੈਣਾ ਜਾਣ ਜੋਗਿਆ ਫਿਰ ਜਾ ਕੇ ਗੱਲ ਬਣਨੀ ਹੈ ਖੜਕਾ ਦੜਕਾ ਪੜਾਕੇ ਪਾਉਣੇ ਪੈਣੇ ਹੈ ਫਿਰ ਜਾ ਕੇ ਗੱਲ ਬਣਨੀ ਹੈ ਵੀ ਕੁਛ ਸ਼ਿਕਵੇ ਨੇ ਕੁਝ ਅੜੀਆਂ ਨੇ ਜ਼ਿੰਦਗੀ ਤੇ ਵਾਸਾਂ ਬੜੀਆਂ ਨੇ ਮੂਹਰੇ ਹੋ ਕੇ ਦੇਖ ਪਾਰਸਾ ਸਾਹਮਣੇ ਮੰਜ਼ਲਾਂ ਖੜੀਆਂ ਨੇ ਬਾਲਾਂ ਤੀਜੇ ਓਵਰ ਦੀਆਂ ਨੇ ਤੇ ਜਾਉਣ ਵਾਲਿਆ ਹੋ ਜਾ ਫਿੱਟ ਨੌਜਵਾਨ ਫਿੱਟਾਂ ਦੀ ਲੋੜ ਹੈ ਪੈਂਦੀ ਵਾਰ ਜੋਗੀ ਦੇ ਉਹਦੇ ਪਾਸੇ ਬੱਲੇ 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 ਅੱਛੋਕਾ ਵਾਲਾ ਹੋਏ ਆ ਡਾਕਟਰ ਜਿੰਨੇ ਕਹਿੰਦੇ ਕਮਾਲ ਹੀ ਕਰ ਦਿੱਤੀ ਹੈ ਇਹ ਛੋਟਾ ਡਾਕਟਰ ਹੈ ਜਿੰਨੇ ਕਹਿੰਦੇ ਐਨ ਬੜੇ ਕਹਿੰਦੇ ਟੌਪ ਦਾ ਕੈਚ ਕੀਤਾ ਔਰ ਸਾਹਮਣੇ ਵੇਖਾਂਗੇ ਜਾਉਣ ਵਾਲੀ ਆ ਕਹਿੰਦੇ ਪਿੱਚ ਤੋਂ ਮੁੰਡਿਆਂ ਨੇ ਪਾਸੇ ਕਰ ਦਿੱਤਾ ਤੇ ਕਮਾਲ ਜਿਹੜੀ ਕਹਿੰਦੇ ਵੱਡੀ ਹੋ ਗਈ ਹੈ ਔਰ ਸਾਹਮਣੇ ਵੇਖਾਂਗੇ ਤੀਜੇ ਓਵਰ ਦੀਆਂ ਬਾਲਾਂ ਨੇ ਤੇ ਢਾਬਾ ਵਾਲਾ ਸ਼ੰਟੀ ਆ ਗਿਆ ਬਈ ਢਾਬਾ ਵਾਲਾ ਸ਼ੰਟੀ 22 ਬਣੇ ਨੇ ਤੀਜੇ ਓਵਰ ਦੀਆਂ ਤਿੰਨ ਬਾਲਾਂ ਜਿਹੜੀਆਂ ਕਹਿੰਦੇ ਹੋ ਚੁੱਕੀਆਂ ਤਿੰਨ ਬਾਕੀ ਨੇ 6 ਓਵਰ ਦਾ ਮੈਚ ਹੈ ਤੇ ਢਾਬਾ ਵਾਲਿਆ ਹੁਣ ਤੇ ਸਾਰੀ ਦੀ ਸਾਰੀ ਆਸ ਉਮੀਦ ਤੇਰੇ ਤੋਂ ਹੁਣ ਤੇ ਵੱਡੀ ਜ਼ਿੰਮੇਵਾਰੀ ਆ ਭੀਟੀ ਵਾਲੇ ਪਿੰਡ ਦੀ ਕਦੇ ਟੀਮ ਦੀ ਤੇਰੇ ਮੁੰਡਿਆਂ ਦੇ ਤਿੰਨ ਬਾਲਾਂ ਹੋ ਗਈਆਂ ਨੇ ਦੇਲੇ ਪਾਸੇ ਨਾਨੂ ਵਾਲੇ ਪਿੰਡ ਦੇ ਮੁੰਡੇ ਬਿਲਕੁਲ ਦਿਮਾਗ ਨਾਲ ਬਾਲਾਂ ਪਾ ਰਹੇ ਹੈ ਬਿਲਕੁਲ ਟਿਕਾਣੇ ਦੇ ਬਾਲਾਂ ਪਾ ਰਹੇ ਜਿਸ ਹਿਸਾਬ ਨਾਲ ਫੀਲਡ ਸੈੱਟ ਕਰਦੇ ਹੈ ਉਸੇ ਹਿਸਾਬ ਨਾਲ ਬਾਲਾਂ ਮੁੰਡੇ ਕਦੇ ਪਾ ਰਹੇ ਹੈ ਕਦੇ ਗੁਰਜੀਤ ਨੇ ਬਾਲਾਂ ਪਾਈਆਂ ਕਦੇ ਲੋਕੇਸ਼ ਔਰ ਆਹ ਮੁੰਡਾ ਕਹਿੰਦੇ ਜੋਗੀ ਆ ਜਿਹਨੇ ਕਹਿੰਦੇ ਵੱਡੀ ਵਿਕਟ ਆਊਟ ਕਰਕੇ ਵਾਸ ਮੋੜ ਦਿੱਤੀ ਹੈ ਰਾਜਸਥਾਨ ਦਾ ਕਹਿੰਦੇ ਬੜਾ
ਵੱਡਾ ਕਹਿੰਦੇ ਨਾ ਬਣਦਾ ਕਹਿੰਦੇ ਨਾਨੂ ਵਾਲੇ ਪਿੰਡ ਦਾ ਜਦੋਂ ਕਹਿੰਦੇ ਨਰੂਲ ਦੇ ਗੱਪ ਹੁੰਦੇ ਆ ਅੱਜ ਦੋ ਵਾਰ ਉਹਦਾ ਮੇਲਾ ਤੇ ਮੁੰਡੇ ਕਹਿੰਦੇ ਆਪਣੇ ਇਲਾਕੇ ਦੇ ਆਪਣੇ ਏਰੀਏ ਦੇ ਜਿਹੜੇ ਕਹਿੰਦੇ ਮੁੰਡਿਆਂ ਨੂੰ ਨਾਂ ਲੈ ਕੇ ਆਏ ਕਦੇ ਅਮਰ ਸਿੰਘ ਵਾਲਾ ਪਿੰਡ ਕਦੇ ਕਹਿੰਦੇ ਰੂਪਗੜ੍ਹ ਮੰਡੀ ਵਾਲੇ ਕਹਿੰਦੇ ਰੂਪਗੜ੍ਹ ਪਹਿਲੀ ਵਾਰ ਤੇ ਹਿੱਟ ਬੜੀ ਕਹਿੰਦੇ ਜ਼ੋਰਦਾਰ ਚਾਰ ਸਕੋਰਾਂ ਦੇ ਵਾਧੇ ਆਹ ਮੇਰੇ ਵੀਰੇ ਸ਼ਿਲਪਾ ਸ਼ੇਟੀ ਦਾ ਕਹਿੰਦੇ ਚਹੇਤਾ ਖਿਡਾਰੀ ਹੈ ਔਰ ਵੱਡਾ ਮਾਣ ਕਰਦੇ ਆ ਮੁੰਡੇ ਸਾਹਮਣੇ ਵੇਖਾਂਗੇ ਭੀਟੀ ਵਾਲੇ ਪਿੰਡ ਦੇ ਜਿਹਨੇ ਕਹਿੰਦੇ ਪਹਿਲੀ ਵਾਰ ਦੇ ਚਾਰ ਸਕੋਰਾਂ ਦੇ ਜਿਹੜੇ ਕਹਿੰਦੇ ਵਾਧੇ ਕਰ ਦਿੱਤੇ ਆ ਕਈ ਕਹਿੰਦੇ ਗੱਡੀਆਂ ਦਾ ਜੇਤੂ ਹੋਰ ਟਰੈਕਟਰ ਆ ਕਹਿੰਦੇ ਜੇਤੂ ਮੋਟਰਸਾਈਕਲਾਂ ਦਾ ਜੇਤੂ ਐਲਈਡੀਆਂ ਵਾਸ਼ਿੰਗ ਮਸ਼ੀਨਾਂ ਦਾ ਜੇਤੂ ਮੁੰਡਾ ਕਹਿੰਦੇ ਰਾਜਸਥਾਨ ਦਾ ਬੜਾ ਕਹਿੰਦੇ ਟੋਪਰ ਖਿਡਾਰੀ ਕਦੇ ਢਾਬਾ ਵਾਲੇ ਸ਼ੇਰੂ ਦੇ ਚਰਚੇ ਹੋਏ ਕਦੇ ਢਾਬਾ ਵਾਲੇ ਸ਼ੰਟੀ ਦੇ ਚਰਚੇ ਹੋਏ ਆ ਪਰ ਪੈਂਦੀ ਵਾਰ ਉਹਦੇ ਲਈ ਪਾਸੇ ਬੱਲੇ 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 ਔਰ ਬੱਲੇ ਉਸ ਨੌਜਵਾਨ ਸਿਰੇ ਦੀ ਹਿੱਟਾ ਹੈ ਤੇ ਛੇ ਸਕੋਰਾਂ ਦੇ ਵਾਧੇ ਜਿਹੜੇ ਕਹਿੰਦੇ ਸ਼ੰਟੀ ਮੁੰਡਾ ਕਹਿੰਦੇ ਢਾਬਾ ਦੀ ਧਰਤੀ ਦਾ ਆਪਣੀ ਕਹਿੰਦੇ ਟੀਮ ਵਾਸਤੇ ਕਰ ਗਿਆ ਹੈ ਪਹਿਲੀਆਂ ਦੋ ਬਾਲਾਂ ਦੇ ਐਨ ਮੁੰਡੇ ਨੇ ਕਹਿੰਦੇ ਕਮਾਲ ਦੀਆਂ ਹਿੱਟਾਂ ਖੇਡੀਆਂ ਨੇ ਆਉਂਦੇ ਸਾਰ ਜਿਹੜਾ ਕਹਿੰਦੇ ਟਾਪਗੇਅਰ ਦੀ ਕੰਮ ਜਿਹੜਾ ਕਹਿੰਦੇ ਸ਼ੁਰੂ ਕਰ ਦਿੱਤਾ ਹੈ ਵੀ ਵੱਡੇ ਵੈਲੀਆਂ ਦੀ ਰੇਸ ਜਿੱਤੇ ਮੁੱਕਦੀ ਤੇ ਉੱਥੋਂ ਜਦ ਟਾਪ ਫੜਦਾ ਐਨ ਆਉਂਦੇ ਸਾਰ ਜਿਹੜਾ ਕਹਿੰਦੇ ਰੇਸ ਤੇ ਪੈਰ ਧਰਦਾ ਮੁੰਡੇ ਨੇ ਪਿਛਲੀਆਂ ਦੋ ਬਾਲਾਂ ਦੇ ਦਸ ਆ ਗਏ ਹੈ ਲੈ ਵੀ ਜੋਗੀ ਫਿੱਟ ਹੋ ਜਾਣਾ ਜਾਣਾ ਜਿਹਦੇ ਨੂੰ ਪਿੱਚ ਦੋ ਪਾਸੇ ਕਰੇ ਤੇ ਮੈਚ ਬਣ ਜਾਂਦਾ ਜੇ ਖੜ ਗਿਆ ਤੇ ਫਿਰ ਤੁਹਾਨੂੰ ਪਾਸੇ ਕਰ ਦੇਣੇ ਨੇ ਇਹ ਗੱਲ ਪੱਕੀ ਹੈ ਐਨ ਕੋਈ ਨਾ ਕੋਈ ਹੋਣਾ ਜ਼ਰੂਰ ਹੈ ਪੈਂਦੀ ਵਾਲ ਉਹਦੇ ਪਾਸੇ ਫੇਰ ਆਹ ਵਾਲ ਚੁੱਟੀ ਦੀ ਹੈ ਆਹ ਬਾਲ ਕਹਿੰਦੇ ਸਿਰੇ ਦੀ ਹੈ ਤੇ 32 ਸਕੋਰ ਜਿਹੜੇ ਕਹਿੰਦੇ ਬਣੇ ਹੈ ਤਿੰਨ ਓਵਰ ਸਮਾਪਤ ਨੇ 32 ਸਕੋਰ ਜਿਹੜੇ ਕਹਿੰਦੇ ਬਣ ਚੁੱਕੇ ਹੈ ਮੈਚ ਬਿਲਕੁਲ ਕਹਿੰਦੇ ਬਰਾਬਰੀ ਦਾ ਚੱਲ ਰਿਹਾ ਹੈ ਤਿੰਨ ਓਵਰ ਹੋਏ ਆ 32 ਬਣੇ ਤਿੰਨ ਓਵਰ ਜਿਹੜੇ ਕਹਿੰਦੇ ਪੈਣ ਵਾਲੇ ਬਾਕੀ ਨੇ ਵੀ ਟਿੱਬਾ ਟੋਇਆ ਇੱਕ ਬਰਾਬਰ ਕਰਿਆ ਹੋਇਆ ਇੱਕ ਬਰਾਬਰ ਰਾਤੀ ਸੁਣ ਕੇ ਨਿੰਦਰ ਉੱਡੀ ਵੀ ਕਹਿੰਦੇ ਸੁੱਤਾ ਹੋਇਆ ਇੱਕ ਬਰਾਬਰ ਮਾਰੇ ਘਰ ਨੂੰ ਬੂਹਾ ਕਰਦਾ ਵੀ ਖੁੱਲਾ ਟੋਇਆ ਇੱਕ ਬਰਾਬਰ ਮੈਚ ਬਿਲਕੁਲ ਕਹਿੰਦੇ ਬਰਾਬਰੀ ਦੇ ਚੱਲ ਰਿਹਾ ਤਿੰਨ ਓਵਰ ਜਿਹੜੇ ਕਹਿੰਦੇ ਸਮਾਪਤ ਨੇ 32 ਸਕੋਰ ਜਿਹੜੇ ਕਹਿੰਦੇ ਬਣ ਚੁੱਕੇ ਹੈ ਚੌਥੇ ਓਵਰ ਦੀ ਸ਼ੁਰੂਆਤ ਸਾਹਮਣੇ ਵੇਖਾਂਗੇ ਨੌਜਵਾਨ ਕਿਹੜਾ ਬਾਲ ਪਾਉਣ ਵਾਸਤੇ ਆਵੇਗਾ ਨਾਨੂ ਵਾਲੀ ਕਹਿੰਦੀ ਕਹਿੰਦੇ ਟੀਮ ਵਾਸਤੇ ਤਿੰਨ ਓਵਰ ਦੇ 32 ਬਣੇ ਗੁਰਜੀਤ ਮੁੰਡਾ ਕਹਿੰਦੇ ਨਾਨੂ ਵਾਲੀ ਬਿਲਕੁਲ ਕਹਿੰਦੇ ਤਿਆਰ ਵਰ ਤਿਆਰ ਦੂਜੇ ਪਾਸੇ ਮੁੰਡਾ ਸਹਿਣੀ ਭੀਟੀ ਵਾਲੇ ਪਿੰਡ ਦਾ ਜਿਹਦੇ ਦੇ ਕਹਿੰਦੇ ਵੱਡੀ ਜ਼ਿੰਮੇਵਾਰੀ ਹੈ ਹਿੱਟਾਂ ਦੀ ਜਿਹੜੀ ਕਹਿੰਦੇ ਲੋੜ ਹੈ ਘੱਟ ਤੋਂ ਘੱਟ 80-85 ਜਿਹੜੇ ਕਹਿੰਦੇ ਕਿਸੇ ਨਾ ਕਿਸੇ ਹਾਲ ਚ ਕਰਨੇ ਪੈਣੇ ਹੈ 90 ਦੇ ਨੇੜੇ ਗੱਲ ਲੈ ਕੇ ਜਾਣੀ ਪੈਣੀ ਹੈ ਤੇ ਫਿਰ ਮੈਚ ਜਿੱਤਣ ਦੀ ਜਿਹੜੀ ਕਹਿੰਦੇ ਹੱਕ ਨਾਲ ਬਣੇਗੀ ਟੀਮ ਪਰ ਸਾਹਮਣੇ ਵੇਖਾਂਗੇ ਮੁੰਡਾ ਕਹਿੰਦੇ ਨਾਨੂ ਵਾਲੀ ਗੁਰਜੀਤ ਪਾਉਣ ਵਾਸਤੇ ਬਾਲ ਬਿਲਕੁਲ ਕਹਿੰਦੇ ਤਿਆਰ ਵਰ ਤਿਆਰ ਚੌਥੇ ਓਵਰ ਦੀ ਜਿਹੜੀ ਕਹਿੰਦੇ ਸ਼ੁਰੂਆਤ ਹੋਵੇਗੀ 3 ਓਵਰ ਤੇ 32 ਸਕੋਰ ਬਣ ਚੁੱਕੇ ਹੈ ਛੇ ਓਵਰ ਦਾ ਮੈਚ ਹੈ 18 ਹੋ ਗਈਆਂ 18 ਬਾਕੀ ਨੇ ਪਹਿਲੀ ਵਾਰ ਉਹਦੇ ਲਈ ਪਾਸੇ ਭੀਟੀ ਵਾਲੇ ਪਿੰਡ ਵਾਲਾ ਕਹਿੰਦੇ ਟਰਾਈ ਕਰਦਾ ਹੈ ਫੀਲਡਰ ਮੌਜੂਦ ਇੱਕ ਸਿੰਗਲ ਦੇ ਵਾਧੇ ਤੇ ਸਟ੍ਰਾਈਕ ਜਿਹੜਾ ਕਹਿੰਦੇ ਚੇਂਜ ਹੋਇਆ ਆ ਗਿਆ ਕਹਿੰਦੇ ਢਾਬਾ ਵਾਲਾ ਸ਼ੰਟੀ ਮੇਰੇ ਵੀਰੋ ਪਹਿਲੀ ਵਾਰ ਦਾ ਕਹਿੰਦੇ ਸਾਹਮਣਾ ਕਰਨ ਵਾਸਤੇ ਔਰ ਹੁਣ ਦੇ ਸਾਹਮਣੇ ਵੇਖਾਂਗੇ ਜਿਹਦੇ ਖੜਕਾ ਦੜਕਾ ਕਰਾਵੇ ਤੇ ਢਾਬਾ ਵਾਲਿਆ ਤੂੰ ਕਰਾ ਸਕਦਾ ਨਾ ਜਾਣਾ ਹੁਣ ਤੇ ਛੱਕਿਆਂ ਦੀ ਲੋੜ ਹੈ 32 ਦੇ 33 ਬਣੇ ਰਹਿ ਗਏ ਬਾਲਾ 17 ਤੇ ਘੱਟ ਤੋਂ ਘੱਟ 10-11 ਛੱਕੇ ਵੱਜਣੇ ਚਾਹੀਦੇ ਆ ਫਿਰ ਗੱਲ ਬਣੇਗੀ ਕਿਉਂਕਿ 80-90 ਤੇ ਕਰਨੇ ਪੈਣੇ ਨਾਨੂ ਵਾਲੇ ਮੁੰਡੇ ਬਹੁਤ ਤਕੜੀ ਬੱਲੇਬਾਜ਼ੀ ਕਰਦੇ ਆ ਟੱਕਰ ਬੜੀ ਕਹਿੰਦੇ ਆਲੇ ਦਰਜੇ ਦੀ ਹੈ ਐਨ ਬਰਾਬਰ ਦੇ ਕਹਿੰਦੇ ਮਲ ਭਿੜ ਰਿਹਾ ਕਹਿੰਦੇ ਮੈਦਾਨ ਦੇ ਅੰਦਰ ਔਰ ਸਾਹਮਣੇ ਗੁਰਜੀਤ ਮੁੰਡਾ ਕਹਿੰਦੇ ਉੱਪਰ ਦਾ ਹੋਇਆ 17 ਕਹਿੰਦੇ ਰੈਸੇ ਨਗਰ ਦਾ ਕਹਿੰਦੇ ਇਲਾਕਾ ਪੈਂਦਾ ਮੁੰਡੇ ਨੂੰ ਔਰ ਅੱਜ ਕੱਲ੍ਹ ਕਹਿੰਦੇ ਰਾਜਸਥਾਨ ਦੇ ਵੱਡੇ ਮੇਲੇ ਖੇਡਦਾ ਤੇ ਭਰਾ ਕਹਿੰਦਾ ਵੀ ਆਉਣ ਵਾਲੇ ਸਮੇਂ ਦੇ ਪੰਜਾਬ ਦੀ ਧਰਤੀ ਦੇ ਵੀ
ਕਿਤੇ ਨਹੀਂ ਖੇਡਾਂਗੇ, ਇਹ ਧਰਤੇ ਹੋਣਗੇ। ਪਰ ਜਿਹੜਾ ਸਾਹਮਣੇ ਖੜਾ ਇਹ ਲੰਮੇ ਸਮੇਂ ਤੋਂ ਬੱਲੇ ਬੱਲੇ ਕਰਾਉਂਦਾ ਆ ਰਿਹਾ, ਔਰ ਟੱਕਰ ਸਾਹਮਣੇ ਬੜੀ ਕਹਿੰਦੇ ਚੋਟੀ ਨੀ ਵੇਖਣ ਵਾਲੀ ਮਿਲੇਗੀ। ਚੌਥੇ ਓਵਰ ਦੀ ਇਹਦੇ ਬਾਲ ਹੈ, ਇੱਕ ਹੋਈ ਹੈ, ਪੰਜ ਬਾਕੀ ਹੈ। ਢਾਬਾ ਨਾਨੂ ਵਾਲੇ ਪਿੰਡ ਵਾਲੇ ਕਹਿੰਦੇ ਗੁਰਜੀਤ ਪਾਉਂਦਾ ਬਾਲ, ਵੱਧਦਾ ਕਹਿੰਦੇ ਅੱਗੇ, ਔਰ ਉਹਦੇ ਪਾਸੇ ਸ਼ੰਤੀ, ਇੱਕ ਢਾਬਾ ਵਾਲਾ ਕਹਿੰਦੇ ਸਿੱਟਾ ਹੈ, ਤੇ ਪਹਿਲੀ ਵਾਰ ਉਹਦੇ ਪਾਸੇ ਔਰ ਬੱਲੇ 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 ਬਾਲ ਸੁਰੇ ਦੀ ਹੈ, ਡਾਟ ਬਾਲ ਹੈ, ਸੋਲਾਂ ਵਾਲਾ ਬਾਕੀ, ਚਾਰ ਵਾਲਾ ਇਸ ਓਵਰ ਦੀਆਂ ਬਾਕੀ, ਤੇਤੀ ਬਣ ਗਏ ਹੈ। ਤੇ ਢਾਬਾ ਭਜਦਾ ਨੀ ਭਜਦਾ ਨੀ, ਕਿਉਂਕਿ ਹੁਣ ਹਿੱਟਾਂ ਦੀ ਲੋੜ ਹੈ, ਤੇ ਢਾਬਾ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਹੈ। ਰਹਿੰਦੀਆਂ ਚਾਰ ਵਾਲਾ, ਜਾਵੇ ਛੱਕੇ ਮਾਰੂ ਢਾਬਾ ਵਾਲਾ, ਤੇ ਜਾ ਨਾਨੂ ਵਾਲੇ ਪਿੰਡ ਵਾਲਾ ਕਰ ਦੂਗਾ ਪਿੱਛੇ ਤੋਂ ਪਾਸੇ। ਇੱਕ ਗੱਲ ਤੇ ਪੱਕੀ ਹੋਣੀ ਹੈ, ਆ ਓਵਰ ਤੇ ਖੜਕਾ ਦੜਕਾ, ਓਵਰ ਚ ਕੁਝ ਨਾ ਕੁਝ ਵੱਖਰਾ ਜ਼ਰੂਰ ਹੋਣਾ ਹੈ, ਇਹ ਗੱਲ ਜਿਹੜੀ ਕਹਿੰਦੇ ਪੱਕੀ। ਗੁਰਜੀਤ ਵੱਧਾ ਕਹਿੰਦੇ ਮੁੰਡਾ ਬਾਲ ਪਾਉਣ ਵਾਸਤੇ, ਉਦਲੇ ਪਾਸੇ ਢਾਬਾ ਵਾਲਾ ਗੁਰਦੀਪ ਸ਼ੰਟੀ, ਗੁਰਜੀਤ ਸ਼ੰਟੀ, ਤੇ ਤਰਾਈ ਵੱਡੀ ਹੈ, ਔਰ ਇਹਦੇ ਪਾਸੇ ਇੱਕ ਸਿੰਗਲ ਦੇ ਜਿਹੜੇ ਕਹਿੰਦੇ ਵਾਧੇ ਹੋਏ ਹੈ। ਆ ਚੋਟੀ ਦੀ ਭਾ ਗਿਆ ਮੁੰਡਾ, ਕਿਸੇ ਤਰ੍ਹਾਂ ਦਾ ਕੋਈ ਮੌਕਾ ਨਹੀਂ ਦੇ ਰਿਹਾ, ਕਹਿੰਦੇ ਖਿਡਾਰੀ ਸਾਹਮਣੇ ਕਹਿੰਦੇ ਹਿੱਟ ਖੇਡਣਾ, ਬੜਾ ਕਹਿੰਦੇ ਟੋਪ ਵਾਲਾ ਕਹਿੰਦੇ ਖਿਡਾਰੀ ਹੈ, ਬੜਾ ਕਹਿੰਦੇ ਚੋਟੀ ਦਾ ਮਤਲਬ ਬਣ ਗਿਆ ਮੁੰਡਾ, ਕਹਿੰਦੇ ਪਿਛਲੇ ਕੁਝ ਮੇਲੇ ਤੇ ਬਾਹਲੇ ਤਕੜੇ ਖੇਡੇ ਹੈ, ਪਿਛਲੇ ਦੋ ਕੁ ਸਾਲਾਂ ਜੀ ਮੁੰਡੇ ਨੇ ਐਨ ਵੱਡਾ ਕਹਿੰਦੇ ਨਾਂ ਘੁਮਾ ਲਿਆ, ਕਹਿੰਦੇ ਇਹਨਾਂ ਮੇਲਿਆਂ ਦੇ ਉੱਪਰ, ਔਰ ਸਾਹਮਣੇ ਬਾਲ ਮੁੰਡਾ ਕਹਿੰਦੇ ਪਾਉਣ ਵਾਸਤੇ, ਫਿਰ ਕਹਿੰਦੇ ਤਿਆਰ ਫਿਰ ਤਿਆਰ ਹੈ, ਚੌਂਤੀ ਬਣ ਗਏ ਹੈ, ਤੇ ਬਾਲਾਂ ਤਿੰਨ ਹੋ ਗਈਆਂ ਚੌਥੇ ਓਵਰ ਦੀਆਂ। ਢੀਟੀ ਵਾਲੇ ਪਿੰਡ ਆਇਆ, ਪਾਣੀ ਸਿਰ ਤੋਂ ਲੰਘਣ ਲੱਗ ਗਿਆ ਨੌਜਵਾਨਾਂ, ਪੂਰਾ ਫਿੱਟ ਕਰਾਉਣੇ ਪੈਣੇ ਆ ਚਿੱਟੇ, ਤੇ ਪੈਂਦੀ ਵਾਲ ਉਹਦੇ ਪਾਸੇ ਫੇਰ, ਤੇ ਸਣੀ ਕਹਿੰਦੇ ਕੋਸ਼ਿਸ਼ ਕਰਦਾ ਹੈ, ਔਰ ਸਾਹਮਣੇ ਬਾਲ ਜਿਹੜੀ ਕਹਿੰਦੇ ਚੋਟੀ ਦੀ ਹੈ, ਬਾਲ ਸਿਰੇ ਦੀ ਹੈ, ਇੱਕ ਸਕੋਰ ਜਿਹੜੇ ਵਾਧੇ ਹੋਏ ਹੈ। ਰਹਿੰਦੀਆਂ ਬਾਲਾਂ ਦੋ ਜਿਹੜੀਆਂ ਬਾਕੀ ਨੇ, 35 ਸਕੋਰ ਜਿਹੜੇ ਕਹਿੰਦੇ ਬਣ ਚੁੱਕੇ ਹੈ। ਹੈਲੋ, ਹਾਂ ਠੀਕ ਆ, ਬਸ ਪੂਲ ਕਲੀਅਰ ਚੱਲਣ ਵਾਲਾ ਆ। ਵਧੀਆ ਚੱਲ ਰਿਹਾ, ਹਾਂ ਕੁੰਡਲ ਚ ਹੈਗਾ, ਕੁੰਡਲ ਚ ਚਾਰ ਵਾਲਾ ਹੋ ਗਿਆ, ਦੋ ਬਾਕੀ ਇਸ ਓਵਰ ਦੀਆਂ, 35 ਬਣ ਗਏ ਆ। ਬਾਲ ਪਾਉਣ ਵਾਸਤੇ ਮੁੰਡਾ ਕਹਿੰਦੇ ਫੇਰ ਵਧਾ ਹੈ, ਔਰ ਉਹਦੇ ਪਾਸੇ ਢਾਬਾ ਵਾਲਾ ਐਨ ਲਾ ਗਿਆ ਕਹਿੰਦੇ ਗੱਲ ਟਿਕਾਣੇ, ਛੇ ਸਕੋਰਾਂ ਦੇ ਵਾਧੇ ਜਿਹੜੇ ਕਹਿੰਦੇ ਹੋ ਚੁੱਕੇ, 35 ਤੇ 46 ਬਣ ਗਏ ਆ। ਲਾਸਟ ਵਾਲ ਇਸ ਓਵਰ ਦੀ ਹਾਲੇ ਕੁੱਲ ਬਣਾ ਕੇ 13 ਬਾਲਾਂ ਬਾਕੀ ਨੇ, ਜੇ ਢਾਬਾ ਵਾਲਾ 9-10 ਵੀ ਖੇਡ ਗਿਆ ਤੇ ਫਿਰ ਐਨ ਕਹਿੰਦੇ ਗੱਲਾਂ ਜਿਹੜੀਆਂ ਟਿਕਾਣੇ ਲੱਗ ਜਾਂਦੀਆਂ ਨੇ। ਲਾਸਟ ਵਾਲ ਇਸ ਓਵਰ ਦੀ ਹੈ, ਮੁੰਡਾ ਕਹਿੰਦੇ ਗੁਰਜੀਤ ਬਾਲ ਪਾਉਣ ਵਾਸਤੇ ਬਿਲਕੁਲ ਕਹਿੰਦੇ ਤਿਆਰ ਵਰ ਤਿਆਰ, ਦੂਜਾ ਵਰਾ ਮੁੰਡੇ ਦਾ, ਔਰ ਸਾਹਮਣੇ ਵੇਖਾਂਗੇ ਸਿਰੇ ਦੀਆਂ ਬਾਲਾਂ ਪਾਈਆਂ, ਪਹਿਲੀ ਹਿੱਟ ਆਈ ਆ ਮੁੰਡੇ ਨੂੰ, ਔਰ ਸਾਹਮਣੇ ਵੇਖਾਂਗੇ ਢਾਬਾ ਵਾਲਾ ਕਹਿੰਦੇ ਸ਼ੰਟੀ, ਫਿਰ ਕਹਿੰਦੇ ਤਿਆਰ ਵਰ ਤਿਆਰ ਆ ਲਾਸਟ ਜਿਹੜੀ ਕਹਿੰਦੇ ਬਾਲ ਇਸ ਓਵਰ ਦੀ। ਇੱਕ ਤਾਲੀ ਬਣ ਚੁੱਕੀ ਹੈ, ਉਹ ਬੱਲੇ 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 ਢਾਬਾ ਕਰਦਾ ਟਰਾਈ, ਔਰ ਉਹਦੇ ਪਾਸੇ ਚਾਂਸ ਬਣਿਆ ਸੀਗਾ, ਔਰ ਸਕੋਰ ਜਿਹੜੇ ਕਹਿੰਦੇ ਚਾਰ ਜੁੜ ਗਏ,
ਔਰ 4 ਓਵਰ ਸਮਾਪਤ ਤੇ 45 ਬੜੇ ਹੈ। 4 ਓਵਰ ਬਾਲਾ 12 ਹੈ, 4 ਓਵਰ 45 ਹੋ ਗਏ। ਟਾਰਗੇਟ ਸੈੱਟ ਹੁੰਦਾ ਹੈ, ਇਹ ਗੱਲ ਸਮੇਂ ਦੀ ਹੋਵੇਗੀ, ਦੇਖਣ ਵਾਲੀ ਹੋਵੇਗੀ। 4 ਓਵਰ ਤੇ 45 ਜਿਹੜੇ ਕਹਿੰਦੇ ਬਣ ਚੁੱਕੇ ਆਏ। ਸ਼ੂਟ ਤਿਆਰ ਰੱਖੀ, ਲਾਭ ਹੈ ਲਓ ਜੀ। ਪਹਿਲੇ ਓਵਰ ਦੀ ਸ਼ੁਰੂਆਤ, ਮੁੰਡਾ ਕਹਿੰਦੇ ਅਮਰ ਸਿੰਘ ਵਾਲੇ ਪਿੰਡ ਵਾਲਾ ਉਮੇਸ਼ ਕਹਿੰਦੇ ਆ ਗਿਆ। ਪਹਿਲੀ ਬਾਲ ਜਿਹੜੀ ਕਹਿੰਦੇ ਵਾਇਰ ਹੋ ਚੁੱਕੀ, 45 ਸੀਗੇ 46 ਬਣ ਗਿਆ ਹੈ। ਰਹਿੰਦੀਆਂ 12 ਬਾਲਾਂ ਦੇ ਮੈਚ ਆ ਸਾਰੇ ਦਾ ਸਾਰਾ। ਜੇਕਰ ਟਾਰਗੇਟ ਵੱਡਾ ਸੈੱਟ ਹੁੰਦਾ ਹੈ ਤੇ ਫਿਰ ਚੇਜ਼ ਕਰਨ ਚ ਜਿਹੜੀ ਕਹਿੰਦੇ ਬਹੁਤ ਦਿੱਕਤ ਆਵੇਗੀ। ਫਿਰ ਸਾਹਮਣੇ ਬਾਲ ਪਾਉਣ ਵਾਸਤੇ ਮੁੰਡਾ ਕਹਿੰਦੇ ਉਮੇਸ਼ ਤੇ ਸਾਹਮਣੇ ਸਣੀ ਦੀ ਕਹਿੰਦੇ ਕੋਸ਼ਿਸ਼ ਵੱਡੀ ਹੈ, ਬਾਲ ਜਿਹੜੀ ਕਹਿੰਦੇ ਹਵਾ ਚ ਥੱਲੇ, ਫੀਲਡਰ ਮਜੂਰ ਔਰ ਉਧਰਲੇ ਪਾਸੇ 4 ਸਕੋਰਾਂ ਦੀ ਜਿਹੜੀ ਕਹਿੰਦੇ ਵਾਧੇ ਹੋ ਚੁੱਕੇ ਹੈ। ਕੈਚ ਜਿਹੜਾ ਡਰੋਪ ਹੈ, ਛੱਡੀ ਹੋਈ ਕੈਚ, ਬਹੁਤ ਮਹਿੰਗੇ ਪੈਂਦੇ ਹੁੰਦੇ ਹੈ ਇਹ ਖੇਡ। ਕਾਸਕੋ ਦਾ ਕਹਿੰਦੇ ਇਤਿਹਾਸ ਦੱਸਦਾ ਹੈ, ਛੱਡੀ ਹੋਈ ਕੈਚ ਕਿਹੜੇ ਭਾਅ ਪੈਂਦੇ ਹੈ ਇਹ ਗੱਲ ਆਉਣ ਵਾਲੀਆਂ ਬਾਲਾਂ ਦੇ ਜਿਹੜਾ ਕਹਿੰਦੇ ਦੱਸੇਗਾ ਮੁੰਡਾ। ਕਹਿੰਦੇ ਢੀਡੀ ਵਾਲੇ ਪਿੰਡ ਦਾ ਸਣੀ ਜਿਹਨੇ ਕਹਿੰਦੇ 4 ਦੇ ਵਾਧੇ ਕਰ ਦਿੱਤੇ ਹੈ ਵੀ ਹੱਥ ਘੁੱਟ ਕੇ ਫੜ ਲਾਵੇ, ਹਾਲੇ ਸਾਡੀ ਉਮਰ ਨਿਆਣੀ। ਮੈਂ ਸੁਣਿਆ ਮੇਲੇ ਚ ਵਿਛੜੇ ਕਈ ਰੂਹਾਂ ਦੇ ਹਾਣੀ, ਇਹ ਦਰਦ ਵਿਛੋੜੇ ਦੇ ਸਾਥੋਂ ਹੋਰ ਨੀ ਜਾਂਦੇ ਝੱਲੇ, ਤੇ ਇੱਥੋਂ ਵਿਛੜਿਆ ਦੇ ਹੁੰਦੇ ਰੱਬ ਸਰਬੀ ਮੇਲੇ। ਉਹਦੇ ਪਾਸੇ ਹਿੱਟ ਫੇਰ ਬੜੀ ਜ਼ੋਰਦਾਰ ਹੈ ਔਰ ਸਾਹਮਣੇ ਮੁੰਡੇ ਨੇ ਕਮਾਲ ਹੀ ਕਰ ਦਿੱਤੀ ਹੈ, ਬਹੁਤ ਤਕੜਾ ਫੜ ਲੱਗਾ ਹੈ। ਪਰ ਫੈਸਲੇ ਬਾਉਂਡਰੀ ਲੱਗੀ ਹੈ ਨੀ, ਛੇ ਸਕੋਰ ਜਿਹੜੇ ਕਹਿੰਦੇ ਜੁੜ ਚੁੱਕਿਆ ਹੈ। ਇਸ ਤੋਂ ਪਿਛਲੀ ਵਾਰ ਤੇ ਕੈਚ ਡ੍ਰੌਪ ਹੋਇਆ, ਅਗਲੀ ਵਾਰ ਤੇ ਮੁੰਡੇ ਨੇ ਕਹਿੰਦੇ ਛੱਕਾ ਲਾ ਦਿੱਤਾ ਹੈ। ਬਾਲ ਪਾਉਣ ਵਾਸਤੇ ਅਮਰ ਸਿੰਘ ਵਾਲੇ ਪਿੰਡ ਵਾਲਾ ਮੁੰਡਾ ਕਹਿੰਦੇ ਫਿਰ ਜਿਹੜਾ ਕਹਿੰਦੇ ਤਿਆਰ ਵਰ ਤਿਆਰ ਹੈ, ਦੋਨੋਂ ਪਾਸੇ ਕਹਿੰਦੇ ਲੈਫਟੀ ਬੱਲੇਬਾਜ਼ੀ ਖੇਡ ਰਿਹਾ ਹੈ। ਪਹਿਲੀ ਵਾਰ ਉਹਦੇ ਪਾਸੇ ਆਹ ਬਾਲ ਜਿਹੜੀ ਕਹਿੰਦੇ ਚੋਟੀ ਹੈ, ਇੱਕ ਸਿੰਗਲ ਦੇ ਵਾਧੇ ਹੋਏ ਹੈ ਤੇ ਢਾਬਾ ਵਾਲਾ ਸ਼ੰਟੀ ਜਿਹੜਾ ਕਹਿੰਦੇ ਬਾਲ ਦਾ ਸਾਹਮਣੇ ਕਰਨ ਵਾਸਤੇ ਨੌਜਵਾਨ ਬਿਲਕੁਲ ਕਹਿੰਦੇ ਤਿਆਰ ਵਰ ਤਿਆਰ ਹੈ। ਕਾਸਕੋ ਦਾ ਜਿਹੜਾ ਕਹਿੰਦੇ ਵੱਡਾ ਮਾਲਾ ਹੈ ਔਰ ਪੌਦਾ ਵਾਲਾ ਮੁੰਡਾ ਕਹਿੰਦੇ ਸਾਹਮਣੇ ਅਮਰ ਸਿੰਘ ਵਾਲੇ ਪਿੰਡ ਦਾ ਮੁੰਡਾ ਕਹਿੰਦੇ ਸੰਦੀਪ ਭੁੱਲਰ ਦੇ ਕਹਿੰਦੇ ਪਿੰਡ ਦਾ ਹੈ, ਜੇਪੀ ਦੇ ਕਹਿੰਦੇ ਪਿੰਡ ਦਾ ਹੈ, ਮੁੰਡਾ ਕਹਿੰਦੇ ਅਨਮੋਲ ਦੇ ਕਹਿੰਦੇ ਪਿੰਡ ਦਾ ਹੈ ਜਿਹੜਾ ਕਹਿੰਦੇ ਖਿਡਾਰੀ ਬਾਲਾ ਪਾ ਰਿਹਾ ਹੈ। ਆਓ ਸਾਹਮਣੇ ਵੇਖਾਂਗੇ 3 ਵਾਲਾ ਪਹਿਲੀਆਂ ਪਈਆਂ ਨੇ, 11 ਸਕੋਰ ਜਿਹੜੇ ਕਹਿੰਦੇ ਆ ਚੁੱਕੇ ਹੈ ਔਰ ਰਹਿੰਦੀਆਂ ਵਾਲਾ 9 ਤੇ ਟਾਰਗੇਟ ਕਿੱਥੇ ਸੈੱਟ ਹੋਵੇਗਾ ਜਿਹੜੀ ਗੱਲ ਵੇਖਣ ਵਾਲੀ ਹੋਵੇਗੀ, ਗੱਲ ਸਮੇਂ ਦੀ ਹੋਵੇਗੀ। ਬੁਲਾਈ ਯਾਰ
ਬੱਲੀਵੀਰ ਸਾਡਾ ਜਿੱਥੇ ਵੀ ਹੈ ਕਮੈਂਟਰੀ ਬਾਕਸ ਚ ਜਰੂਰ ਆਵੇ, ਬੱਲੀ ਬਾਈ ਨੂੰ ਯਾਦ ਕਰਦੇ ਆ ਵੀਰ ਸਾਡੇ। ਔਰ ਉਧਰਲੇ ਪਾਸੇ ਸਣੀ ਕਰਦਾ ਕਹਿੰਦੇ ਤਰਾਈ ਮੁੰਡਾਪੁਰ ਸਾਹਮਣੇ ਫੀਲਡਰ ਜਿਹੜਾ ਕਹਿੰਦੇ ਮੌਜੂਦ ਔਰ ਇੱਕ ਸਿੰਗਲ ਦੀ ਜਿਹੜੀ ਕਹਿੰਦੇ ਵਾਧੇ ਹੋਏ ਹੈ, ਸਕੋਰ ਜਿਹੜਾ ਕਹਿੰਦੇ ਵੱਧ ਕੇ 59 ਬਣ ਕੇ ਘਟਦੇ 60 ਬਣੇ। ਲਾਸਟ ਬਾਲ ਇਸ ਓਵਰ ਦੀ, ਕੁੱਲ ਬਣਾ ਕੇ 7 ਬਾਲਾਂ ਬਾਕੀ ਨੇ, ਢਾਬਾ ਲਿਆ ਛੱਕੇ ਦੇ ਝਾਹੀ ਦੇ ਝਾਹੀ ਦੇ ਹੈ, ਸਕੋਰ ਹਾਲੇ ਤੱਕ 59 ਬਣਿਆ ਹੈ। ਹਿੱਟਾਂ ਦੀ ਲੋੜ ਹੈ ਘੱਟ ਤੋਂ ਘੱਟ 80-85-90 ਜਿਹੜੇ ਕਹਿੰਦੇ ਬੋਰਡ ਦੇ ਉੱਪਰ ਲਾਉਣੇ ਲਾਜ਼ਮੀ ਹੋਣਗੇ। ਪਹਿਲੀ ਬਾਲ ਉਧਰਲੇ ਪਾਸੇ, ਆਹ ਬਾਲ ਚੋਟੀ ਨੌਜਵਾਨ ਨੇ ਜਿਹੜੀ ਕਹਿੰਦੇ ਪਾ ਰਹੀ ਉਧਰਲੇ ਪਾਸੇ, ਵੱਡੀ ਗਲਤੀ ਜਿਹੜੀ ਕਹਿੰਦੇ ਅਨੂਪ ਗੜੀਏ ਜਿਹੜਾ ਕਹਿੰਦੇ ਕਰ ਚੁੱਕਿਆ ਹੈ। ਲਓ ਜੀ, 5 ਓਵਰ ਸਮਾਪਤ ਨੇ, 60 ਸਕੋਰ ਜਿਹੜੇ ਕਹਿੰਦੇ ਬਣ ਚੁੱਕੇ ਹੈ। ਲਾਸਟ 6 ਬਾਲਾਂ ਨੇ ਔਰ ਟਾਰਗੇਟ ਸੈੱਟ ਕਰਨ ਵਾਲੀਆਂ ਬਾਲਾਂ ਜਿਹੜੀਆਂ ਕਹਿੰਦੇ ਪੈਣਗੀਆਂ। ਪਾਣੀ ਪਾਣੀ ਪਹੁੰਚਦਾ ਕਰ ਦੋ ਬਾਈ ਬਣ ਕੇ ਜਲਦੀ ਵੀਰੇ। ਰਵੀ ਬਾਈ ਜੇ ਬੈਂਕ ਸਾਡੀ ਜਿਹੜੇ ਕੈਂਪਰ ਪਏ ਆ, ਪਾਣੀ ਹੈਗਾ ਤੇ ਪਾਣੀ ਪਹੁੰਚਦਾ ਕਰ ਦਿਓ ਜ਼ਰੂਰ। ਜੋਗੀ ਨਾਂ ਦੱਸੀ ਬੋਲਰ ਦਾ, ਹਰਮੀਤ ਆ ਗਿਆ ਨੌਜਵਾਨ। ਲਾਸਟ 6 ਬਾਲਾਂ, ਟਾਰਗੇਟ ਸੈੱਟ ਕਰਨ ਵਾਲੀਆਂ ਬਾਲਾਂ, 60 ਬਣਿਆ ਢਾਬਾ ਵਾਲਿਆ ਫਰ ਰਾਤ ਤਿਆਰੀ, ਹੁਣ ਤੇ ਖੜਕਾ ਦੜਕਾ, ਹੁਣ ਤੇ ਠੰਡਾ ਖੜਕਾਉਣਾ ਪੈਣਾ ਨੌਜਵਾਨ। ਪਹਿਲੀ ਵਾਰ ਉਹਦੇ ਪਾਸੇ ਢਾਬਾ ਵਾਲਾ, ਢਾਬਾ ਵਾਲਾ ਬੱਲੇ 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 ਬੱਲੇ, ਢਾਬਾ ਵਾਲਾ ਕਹਿੰਦਾ ਵੀ ਏਡੀ ਕਿਹੜੀ ਗੱਲ ਹੈ, ਹਰ ਮਸਲੇ ਦਾ ਹੱਲ ਹੈ। ਲੱਗਿਆ ਸ਼ਰਤਾਂ ਕਹਿੰਦੇ ਪਹਿਲਾਂ ਤੇ ਸਾਹਮਣੇ 5 ਬਾਲਾਂ ਨਾਨੂ ਵਾਲੇ ਪਿੰਡ ਵਾਲਿਆ, ਹੁਣ ਕਿਸੇ ਗੱਲ ਨਾਲ ਹੀ ਭੈਣੀਆਂ ਹੈ। ਆਹ 5 ਬਾਲਾਂ ਤੇ ਬਣਦਾ ਕੀ ਹੈ, ਆਹ ਵੇਖਣ ਵਾਲਾ ਹੋਵੇਗਾ। ਰਹਿੰਦੀਆਂ 5 ਬਾਲਾਂ, ਖੜਕਾ ਦੜਕਾ, ਖੰਡਾ ਜਿਹੜਾ ਕਹਿੰਦੇ ਐਨ ਖੜਕਾਊ ਮੁੰਡਾ ਕਹਿੰਦੇ ਢਾਬਾ ਵਾਲਾ, ਸ਼ੰਤੀ ਬਿਲਕੁਲ ਤਿਆਰ ਵਰ ਤਿਆਰ ਹੈ। ਆਉਣ ਵਾਲੀਆਂ 5 ਬਾਲਾਂ ਹਰਮੀਤ ਦੀਆਂ ਤੇ ਨਾਨੂ ਵਾਲੇ ਪਿੰਡ ਵਾਲਾ ਕਹਿੰਦੇ ਗੁਰਜੀਤ ਵੀ ਪੁੱਜ ਗਿਆ, ਐਨਾ ਕਰ ਨੌਜਵਾਨਾ ਫਿੱਟ ਹੋ ਜਾ ਫਿੱਟ, ਤੇ ਫਿਰ ਤਗੜਾ ਹੋ ਕੇ ਬਾਲਾ ਪਾ ਵੀ ਡੇਰਾ ਤਾਰ ਲੰਘਾ ਦੇ ਰਹੇ, ਘੜਿਆ ਮਿੰਤਾ ਤੇਰੀਆ ਕਰਦੀ। ਪੈਂਦੀ ਵਾਲ ਉਹਦੇ ਪਾਸੇ, ਬੱਲੇ 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 ਬੱਲੇ, ਆਹ ਬੱਲੇ ਢਾਬਾ ਵਾਲਾ ਮੂਡ ਚ ਆ ਗਿਆ, ਢਾਬਾ ਵਾਲਾ ਫਿੱਟ ਹੋ ਗਿਆ ਤੇ 4 ਵਾਲਾ ਛੱਕੇ 4 ਮਾਰ ਨੂੰ ਫਿਰਦਾ ਹੈ। ਔਰ ਸਾਹਮਣੇ ਪਹਿਲੀਆਂ 2 ਬਾਲਾਂ ਦੇ ਛੱਕੇ 2 ਲੱਗ ਗਏ ਤੇ ਨਾਨੂ ਵਾਲੇ ਪਿੰਡ ਵਾਲਿਆ, ਹੁਣ ਦਿਨ ਟੱਕ 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 ਕਰੀ ਜਾਂਦਾ, ਹੁਣ ਤੇ ਦਿਨ ਟੱਕ ਟੱਕ ਕਰੀ ਜਾਂਦਾ ਹੈ। ਆਉਣ ਵਾਲੀਆਂ ਬਾਲਾਂ ਦੇ ਬੰਨਾਂ ਦੇ ਬੰਨਾ ਕੀ ਹੈ, ਇਹ ਜਾਂ ਤੇ ਰੱਬ ਜਾਣਦਾ ਹੈ ਜਾਂ ਢਾਬਾ ਵਾਲਾ ਜਾਣਦਾ ਹੈ। 2 ਬਾਲਾਂ 2 ਛੱਕੇ 4 ਬਾਕੀ, ਢਾਬਾ ਵਾਲਾ ਸਿੱਧਾ ਹੈ, ਢਾਬਾ ਵਾਲਾ ਖੜ ਗਿਆ ਮੂਹਰੇ। ਆਪ ਸਾਹਮਣੇ ਘਰਾਉਂਦਾ ਮੁੰਡਾ ਕਹਿੰਦੇ ਚਰਚੇ, ਆਪ ਸਾਹਮਣੇ ਬਾਲ ਪਾਉਣ ਵਾਸਤੇ ਹਰਮੀਤ, ਨੌਜਵਾਨ ਫਿਰ ਕਹਿੰਦੇ ਤਿਆਰ ਵਰ ਤਿਆਰ ਹੈ। 4 ਵਾਲਾਂ ਨੇ ਲਾਸਟ 72 ਜਿਹੜੇ ਕਹਿੰਦੇ ਬਣ ਚੁੱਕੇ ਹੈ, ਜੇ 4 ਹਿੱਟਾਂ ਹੈਗੀਆਂ ਤੇ ਨਾਨੂ ਵਾਲੇ ਪਿੰਡ ਵਾਲਿਆ ਫਿਰ ਗੱਡੀ ਦੇ ਨਹੀਂ ਪਾ ਕੇ ਲੈ ਕੇ ਜਾਣਾ ਇਹਨਾਂ ਨੇ, ਇਹ ਗੱਲ ਵੀ ਪੱਕੀ ਹੈ। ਪਹਿਲੀ ਵਾਰ ਉਹਦੇ ਪਾਸੇ, ਬੱਲੇ 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 ਬੱਲੇ,
ਢਾਬਾ ਸ਼ੰਤੀ ਛੱਕੇ ਤਿੰਨ ਲੱਗ ਗਏ ਛੱਕੇ ਤਿੰਨ ਲੱਗ ਗਏ ਛੱਕੇ ਤਿੰਨ ਲੱਗ ਗਏ ਔਰ ਉਹਦੇ ਨੇ ਪਾਸੇ ਹੁਣ ਵੇਖਾਂਗੇ ਬਣੀਆਂ ਤੇ ਬਣਿਆ ਕੀ ਹੈ ਵਾਹ ਜੀ ਵਾਹ ਬੋਲਰ ਜਿਹੜਾ ਚੇਂਜ ਹੈ ਹੁਣ ਆਉਣ ਵਾਲੀਆਂ ਤਿੰਨ ਵਾਲਾ ਆਜਾ ਆਜਾ ਜੋਗੀ ਹੁਣ ਕਰਨਾ ਤਾਂ ਜਿਹੜਾ ਕੁਝ ਢਾਬਾ ਵਾਲੇ ਨੀ ਕਰਨਾ ਹੈ ਨਾ ਦੱਸ ਮੈਨੂੰ ਮਾੜਾ ਜਾ ਰਾਜੂ ਲਾਸਟ ਤਿੰਨ ਵਾਲਾ ਪਹਿਲੀਆਂ ਤਿੰਨ ਵਾਲਾ ਦੇ ਤਿੰਨ ਛੱਕੇ ਆ ਗਏ ਹੈ ਬਾਲ ਪਾਉਣ ਵਾਸਤੇ ਰਾਜੂ ਕਹਿੰਦੇ ਫਿਰ ਵਧਾ ਹੈ ਉਹਦੇ ਪਾਸੇ ਢਾਬਾ ਬਾਲ ਵਾਈਡਾ ਹੈ ਬਾਲ ਜਿਹੜੀ ਕਹਿੰਦੇ ਵਾਈਡ ਹੋ ਚੁੱਕੀ ਹੈ ਔਰ ਸਾਹਮਣੇ ਵੇਖਾਂਗੇ ਸਕੋਰ ਜਿਹੜੇ ਕਹਿੰਦੇ ਵੱਧ ਕੇ ਘੱਟ 80 ਬਣ ਗਏ 89 ਸਕੋਰ ਜਿਹੜੇ ਕਹਿੰਦੇ ਬੋਰਡ ਦੇ ਉੱਪਰ ਲੰਘ ਚੁੱਕੇ ਹੈ ਇੱਕ ਸੋਹਣਾ ਟਾਰਗੇਟ ਸੈੱਟ ਹੋ ਗਿਆ ਹੈ ਜੇ ਰਹਿੰਦੀਆਂ ਤਿੰਨ ਵਾਲਾ ਤਿੰਨ ਹਿੱਟਾਂ ਆ ਗਈਆਂ ਤੇ ਢਾਬਾ ਵਾਲਿਆ ਫਿਰ ਤੇ ਕਹਿਣਾ ਹੀ ਕੀ ਹੈ ਪਹਿਲੀ ਬਾਲ ਉਧਰੇ ਪਾਸੇ ਰਾਜੂ ਦੀ ਛੰਟੀ ਤਿਆਰ ਆਹ ਬੱਲੇ ਬਾਲ ਸਿਰੇ ਦੀ ਹੈ ਆਹ ਬਾਲ ਤੇ ਵਾਪਸੀ ਹੋਈ ਹੈ ਪਹਿਲੀ ਬਾਲ ਹੈ ਇਸ ਓਵਰ ਦੀ ਜਿਹੜੀ ਕਿਤੇ ਡਾਊਟ ਲੱਗੀ ਹੈ ਰਹਿੰਦੀਆਂ ਦੋ ਬਾਲਾਂ ਬਾਕੀ ਦੋ ਬਾਲਾਂ ਢਾਬਾ ਆ ਛੱਕੇ ਆਉਣੇ ਚਾਹੀਦੇ ਹੈ 89 ਬਣੇ ਘੱਟ ਤੋਂ ਘੱਟ 90 ਦੇ ਕਰਨੇ ਪੈਣੇ ਨੇ ਦੋ ਵਾਲਾ ਬਾਕੀ ਲਾਸਟ ਓਵਰ ਹੈ ਰਾਜੂ ਦੇ ਛੰਟੀ ਦੀ ਟੱਕਰ ਟੱਕਰ ਵੇਖਣ ਵਾਲੀ ਹੈ ਲਾਸਟ ਓਵਰ ਦੀ ਕਿਹੜੇ ਪਹਿਲੀ ਵਾਰ ਉਹਦੇ ਨੇ ਪਾਸੇ ਫੇਰ ਆਹ ਬੱਲੇ 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 ਢਾਬਾ 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 ਮੁੰਡਾ ਕਹਿੰਦੇ ਕਰ ਗਿਆ ਕਮਾਲ ਚਾਰ ਸਕੋਰਾਂ ਦੇ ਵਾਧੇ ਜਿਹੜੇ ਕਹਿੰਦੇ ਆਪਣੀ ਟੀਮ ਵਾਸਤੇ ਨਜ਼ਰ ਨੇ ਕਰ ਦਿੱਤੇ ਲਾਸਟ ਬਾਲ ਲਾਸਟ ਓਵਰ ਦੀ ਜਿਹੜੀ ਕਹਿੰਦੇ ਖੇਡ ਮੈਦਾਨ ਅੰਦਰ ਪੈਣ ਵਾਲੀ ਬਾਕੀ ਮੇਰੇ ਵੀਰ 83 ਸਕੋਰ ਜਿਹੜੇ ਕਹਿੰਦੇ ਬੋਰਡ ਦੇ ਉੱਪਰ ਲੱਗ ਗਏ ਹੈ ਔਰ ਲਾਸਟ ਬਾਲ ਲਾਸਟ ਓਵਰ ਦੀ ਬੰਨਾ ਕੀ ਹੈ ਟਾਰਗੇਟ ਕਿੱਥੇ ਜਾ ਕੇ ਸੈੱਟ ਹੁੰਦਾ ਹੈ ਇੱਕ ਘੱਟ 90 ਬਣਦੇ 87 ਬਣਦੇ ਹੈ ਜਾਂ 83 ਰਹਿ ਜਾਂਦੇ ਹੈ ਆਹ ਬਾਲ ਤੇ ਤੈਅ ਹੋਵੇਗਾ ਬਾਲ ਪਾਉਣ ਵਾਸਤੇ ਕਹਿੰਦੇ ਰਾਜੂ ਫਿਰ ਤਿਆਰ ਵਾਰ ਤਿਆਰ ਹੈ ਸਾਹਮਣੇ ਢਾਬਾ ਵਾਲਾ ਵੀ ਫਿਰਦਾ ਹੈ ਤੇ ਪੈਂਦੀ ਵਾਲ ਉਹਦੇ ਪਾਸੇ ਬਣੇ 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 ਨੱਬੇ ਚਾਹੀਦੇ ਨੇ 90 ਦਾ ਟਾਰਗੇਟ ਸੈੱਟ ਹੋਇਆ ਇੱਕ ਘੱਟ ਤੇ 90 ਬਣੇ ਆ ਪੂਰੇ ਪੂਰੇ 90 ਮੈਚ ਨੂੰ ਜਿੱਤਣ ਵਾਸਤੇ ਲਾਓ ਜੀ ਫਿਲ ਭੀੜੀ ਵਾਲਾ ਤੇ ਬੱਲੇਬਾਜ਼ ਆ ਜਾਣਗੇ ਨਾਨੂ ਵਾਲੇ ਪਿੰਡ ਦੇ ਕੱਢਿਆ ਨੀ ਇੱਕ ਬਾਲ ਪਿਛਲੇ ਮੈਚ ਚ ਵਾਪਿਸ ਆਈ ਸੀਗੀ ਕੱਢੀ ਕਢਾਈ ਕੀ ਪਤਾ ਭਰਾਵਾ ਕੀ ਪਤਾ ਉੱਤੇ ਨੀ ਆਇਆ ਹੋਇਆ ਲਾਈਵ ਦਾ ਸਾਰਾ ਕੀ ਆਈ ਜਾਂਦਾ ਏ ਦਾ ਮੰਨੀ ਪਾਣੀ ਦਾ ਕਰ ਪ੍ਰਬੰਧ ਯਾਰ ਮੰਨੀ ਕਮੈਂਟਰੀ ਬਾਕਸ ਚ ਆਇਆ
ਰੋਟੀ ਖਾਣ ਬਾਕੀ ਪਿਆ ਤਾ ਸਹੀ ਹੈ ਪੌਣੇ ਪੰਜ ਹੋ ਗਏ ਸੀ ਚੱਲ ਘਰੇ ਜਾ ਕੇ ਖਾਵਾਂਗੇ ਹਾਂਜੀ ਕੀ ਕੁਛ ਚੱਲ ਰਿਹਾ ਸੀ ਬਾਈ ਉੱਥੇ ਪਾਣੀ ਦੀ ਬੋਤਲ ਲੈ ਕੇ ਆਈ ਆ ਫੋਨ ਹੀਟ ਹੋ ਗਿਆ ਗਿੱਲਾ ਸੁੱਕਾ ਕਹਿੰਦਾ ਪਾਣੀ ਨੜਾਨਵੇਂ ਸਕੋਰ ਬਣੇ ਨੱਬੇ ਦਾ ਟਾਰਗੇਟ ਸੈੱਟ ਹੋਇਆ ਹੈ ਬੈਟ ਤੇ ਟੀਮ ਹੈਗੀ ਨਾਨੂ ਵਾਲੇ ਪਿੰਡ ਦੀ ਬਾਲ ਤੇ ਟੀਮ ਜਿਹੜੀ ਕਹਿੰਦੇ ਭੀਟੀ ਵਾਲਾ ਪਿੰਡ ਔਰ ਸਾਹਮਣੇ ਮੁੰਡਾ ਕਹਿੰਦੇ ਕਮਲਾ ਜਿਹਨੇ ਕਹਿੰਦੇ ਪਹਿਲੇ ਓਵਰ ਦੀ ਪਹਿਲੀ ਬਾਲ ਪਾਉਣੀ ਹੈ ਗੁਰਜੀਤ ਹੈਗੇ ਕਹਿੰਦੇ ਨਾਨੂ ਵਾਲੇ ਪਿੰਡ ਦਾ ਪਹਿਲੀ ਬਾਲ ਦਾ ਸਾਹਮਣਾ ਕਰਨ ਵਾਸਤੇ ਨੌਜਵਾਨ ਬਿਲਕੁਲ ਕਹਿੰਦੇ ਤਿਆਰ ਵਰ ਤਿਆਰ ਹੈ ਸਾਥ ਦੇਣ ਵਾਸਤੇ ਆ ਗਿਆ ਕਹਿੰਦੇ ਰੂਪਗੜ ਮੰਡੀ ਦਾ ਕਹਿੰਦੇ ਰੋਬਨ ਨੱਬੇ ਦਾ ਟਾਰਗੇਟ ਸੈੱਟ ਹੋਇਆ ਹੈ ਔਰ ਸਾਹਮਣੇ ਦੋ ਓਵਰ ਦਾ ਜਿਹੜਾ ਕਹਿੰਦੇ ਸਰਕਲ ਛੇ ਓਵਰ ਜਿਹੜੇ ਕਹਿੰਦੇ ਖੇਡ ਰਹੇ ਜਿਹੜੇ ਕਹਿੰਦੇ ਪਾਏ ਜਾਣਗੇ ਦੂਜੇ ਭਾਗ ਦੀ ਸ਼ੁਰੂਆਤ ਹੋਣ ਲੱਗੀ ਹੈ ਬਾਲ ਪਾਉਣ ਵਾਸਤੇ ਮੁੰਡਾ ਕਹਿੰਦੇ ਬਿਲਕੁਲ ਤਿਆਰ ਵਰ ਤਿਆਰ ਹੈ ਵੀ ਹੁੰਦੇ ਨਾ ਭਲਵਾਨ ਪੈਦਾ ਦੁੱਧ ਪਾ ਕੇ ਡੈਰੀ ਤੇ ਭਿੜਦੇ ਨਾ ਵਿੱਚ ਮੈਦਾਨ ਦੇ ਪਾਉਂਦੇ ਜੋ ਚੈਰੀ ਤੇ ਗੁੱਡੀ ਉਹਨਾਂ ਦੀ ਚੜ ਜਾਂਦੀ ਹੈ ਹਿੰਮਤ ਜੋ ਰੁਸਦੇ ਹੈ ਬੰਦੇ ਟਾਵੇਂ ਟਾਵੇਂ ਜੱਗ ਤੇ ਇਤਿਹਾਸ ਫਿਰ ਰਚਦੇ ਹੈ ਪਹਿਲੀ ਵਾਰ ਥੈਂਕ ਯੂ ਕੇਵਲ ਬਾਕੀ ਜੀ ਕੋਸ਼ਿਸ਼ ਕਰਦਾ ਹੈ ਤੁਸੀਂ ਕਮੈਂਟਾਂ ਚ ਇੱਕ ਇੱਕ ਬਾਲ ਬਸ ਬਹੁਤ ਦੱਸਿਆ ਜਿਹੜੀ ਕਹਿੰਦੇ ਪਾ ਦਿੱਤੀ ਹੈ ਡਾਊਟ ਬਾਲ ਦੇ ਨਾਲ ਜਿਹੜੀ ਕਹਿੰਦੇ ਸ਼ੁਰੂਆਤ ਹੋਈ ਹੈ ਦੂਜੀ ਪਾਰੀ ਦੀ ਔਰ ਸਾਹਮਣੇ ਵੇਖਾਂਗੇ ਘੇਰੇ ਦੇ ਓਵਰ ਸਰਕਲ ਦੇ ਓਵਰ ਜਿਹੜੇ ਕਹਿੰਦੇ ਤੈਅ ਕਰਨ ਵਾਲੇ ਓਵਰ ਹੁੰਦੇ ਹੈ ਵੀ ਮੈਚ ਜਾਵੇਗਾ ਤੇ ਜਾਵੇਗਾ ਕਿਹੜੇ ਪਾਸੇ ਬਾਲਾ ਮੁੰਡਾ ਕਹਿੰਦੇ ਕਮਲ ਜਿਹੜੇ ਕਹਿੰਦੇ ਪਾਰਿਆ ਪਹਿਲੇ ਓਵਰ ਦੀਆਂ ਤੇ ਨਾਨੂ ਵਾਲੇ ਪਿੰਡ ਵਾਲੇ ਕਹਿੰਦੇ ਗਰੀਤ ਜਿਹੜਾ ਕਹਿੰਦੇ ਕਰਦਾ ਟਾਈ ਬਾਲ ਜਿਹੜੀ ਕਹਿੰਦੇ ਹਵਾ ਦਾ ਚਾਂਸ ਬਣਿਆ ਤੇ ਖਿਡਾਰੀ ਜਿਹੜਾ ਕਹਿੰਦੇ ਪਹਿਲੀ ਐਤ ਆਊਟ ਹੋ ਕੇ ਵਾਪਸ ਜਿਹੜਾ ਕਹਿੰਦੇ ਮੁੜ ਗਿਆ ਵੀ ਰੱਬਾ ਵੇ ਰੱਬਾ ਸਾਨੂੰ ਮਾਹੀ ਦੀ ਉਡੀਕ ਸੀ ਚੱਲਦਾ ਸੀ ਕੇਸ ਤੋਂ ਆਖਰੀ ਤਰੀਕ ਸੀ ਖਾਲੀ ਮੁੰਡਾ ਅਮਰ ਸਿੰਘ ਵਾਲੇ ਪਿੰਡ ਦਾ ਹਨੁਮਾਨਗੜ੍ਹ ਦੇ ਨੇੜੇ ਸ਼੍ਰੀ
ਟੱਪਾ ਨੀ ਜਿਹੜੇ ਰਾਹੀ ਆਇਆ ਸੀਗਾ ਉਸੇ ਰਾਹੀ ਪਾ ਛੱਡਿਆ ਉਹ ਗੱਲ ਹੋ ਗਈ। ਆਪਣੀ ਟੀਮ ਵਾਸਤੇ ਇੱਕ ਪਾਸੇ ਰਾਜਸਥਾਨ ਦੀ ਟੀਮ ਹੈ, ਇੱਕ ਪਾਸੇ ਪੰਜਾਬ ਦੀ ਜਿਹੜੀ ਕਹਿੰਦੇ ਟੀਮ ਖੇਡ ਰਹੀ ਹੈ। ਸਕੋਰਿੰਗ ਕਰਦਾ ਦੋਵਾਂ ਦੀ ਵਾਧੀ ਜਿਹੜੀ ਕਹਿੰਦੇ ਹੋਈ ਹੈ ਕਰੋ, ਇਹ ਖਾਤਾ ਜਿਹੜਾ ਹੁਣ ਖੁੱਲਿਆ ਕਹਿੰਦੇ ਫੇਰ ਕੀ ਹੋ ਗਿਆ ਜੀ, ਇੱਕ ਇਨਿੰਗ ਤੇ ਸਕੋਰਿੰਗ ਨਹੀਂ ਹੋਈ ਤਾਂ ਨਾਨੂ ਵਾਲੇ ਦੀ ਕਹਿੰਦੇ ਬੰਦੇ ਲੀੜੇ ਪਾੜਤੇ ਜਿਹੜੀ ਕਹਿੰਦੇ ਢੀਟੀਆਂ ਦਾ ਟੱਕਰ ਬੜੀ ਕਹਿੰਦੇ ਆਲੇ ਦਰਜੇ ਦੀ ਹੈ ਤੇ ਪੈਂਦੀ ਵਾਲ ਉਹਦੇ ਪਾਸੇ ਫੇਰ ਅਮੇਸ਼ ਕਹਿੰਦੀ ਕੋਸ਼ਿਸ਼ ਕਰ ਰਿਹਾ ਹੈ ਪਰ ਬਾਲ ਜਿਹੜੀ ਕਹਿੰਦੇ ਡਾਊਨ ਹੋ ਚੁੱਕੀ ਹੈ। ਦੋ ਸਕੋਰ ਬਣੇ, ਚਾਰ ਬਾਲਾਂ ਹੋ ਗਈਆਂ ਨੇ ਪਹਿਲੇ ਓਵਰ ਦੀਆਂ, ਲਾਸਟ ਦੋ ਬਾਲਾਂ ਜਿਹੜੀਆਂ ਕਹਿੰਦੇ ਬਾਕੀ ਨੇ ਕੁੱਲ ਬਣਾ ਕੇ 32 ਬਾਲਾਂ ਦੇ ਕਹਿੰਦੇ ਕਹਿੰਦੇ 88 ਸਕੋਰ ਚਾਹੀਦੇ ਮੈਚ ਨੂੰ ਜਿੱਤਣ ਵਾਸਤੇ। ਪਹਿਲੇ ਦੋ ਓਵਰ ਤੇ ਹਿੱਟਾਂ ਆਉਣੀਆਂ ਜਿਹੜੀਆਂ ਕਹਿੰਦੇ ਲਾਜ਼ਮੀ ਹੁੰਦੀਆਂ ਨੇ। ਉਮੀਦ ਸਿੰਘ ਤਗੜਾ ਹੋ ਜਾਣ ਹੋ ਜਾਣਾ ਵੱਡਾ ਮਾਨ ਕੀਤਾ ਦੇ ਰਹੇ ਤੇ ਮਾਨ ਮੁੰਡਿਆ ਰੱਖਣਾ ਪੈਣਾ ਹੈ ਉਧਰਲੇ ਪਾਸੇ ਰਿਵਰ ਸ਼ਾਟ। ਉਹ ਭਾਈ ਰੋਟੀ ਖਾ ਕੇ ਉਹਨੇ ਕੋਈ 10 ਮਿੰਟ ਰੈਸਟ ਹੋ ਜਾਂਦੀ ਹੈ ਕਿਉਂਕਿ ਇਹਨਾਂ ਗਰਮੀ ਬਹੁਤ ਹੁੰਦੀ ਹੈ। ਸਵੇਰੇ 9 ਵਜੇ ਫਿਰ ਵੀ ਕੋਲ ਵਾਂਗੂ ਬਹਿੰਦੇ ਆ ਤੇ ਸ਼ਾਮ ਦੇ 7 ਵਜ ਜਾਂਦੀ ਹੈ ਯਾਰ, 20-25 ਮਿੰਟ ਰੈਸਟ ਹੋ ਜਾਂਦੀ ਕਿਉਂਕਿ ਗਰਮੀ ਬਹੁਤ ਹੈ ਨਾ। ਬਾਕੀ ਆਪਾਂ ਕਮੈਂਟਾਂ ਕਮੁੰਟਾਂ ਦੀ ਘੱਟ ਵੱਧ ਦੀ ਟੈਨਸ਼ਨ ਲੈਂਦੀ ਆ। ਲਾਸਟ ਬਾਲ ਇਸ ਓਵਰ ਦੀ, ਪਹਿਲੇ ਓਵਰ ਦੀ, 5 ਬਾਲਾਂ 4 ਸਕੋਰ ਬਣੇ, ਇੱਕ ਵਿਕਟ ਵੀ ਜਿਹੜੀ ਕਹਿੰਦੇ ਆਊਟ ਹੋ ਕੇ ਵਾਪਸ ਮੁੜ ਗਈ ਹੈ। ਉਹ ਚੱਲ ਕੋਈ ਨਹੀਂ, ਘਰੇ ਚੱਲ ਕੀ ਖਾਵਾਂਗੇ ਹੁਣ। ਬਾਜੀ ਬਾਲ ਬੜੀ ਚੋਟੀ ਦੀ ਪਰ ਉਧਰਲੇ ਪਾਸੇ ਲੈਗ ਬਾਏ ਦੇ 2 ਸਕੋਰ ਜਿਹੜੀ ਕਹਿੰਦੇ ਕਾਊਂਟ ਹੋ ਚੁੱਕਿਆ ਹੈ। ਪਹਿਲਾ ਓਵਰ ਸਮਾਪਤ ਹੈ, 6 ਜਿਹੜੇ ਕਹਿੰਦੇ ਬਣੇ ਹੈ। ਜਿੱਤਣ ਵਾਸਤੇ 90 ਚਾਹੀਦੇ, 84 ਜਿਹੜੇ ਕਹਿੰਦੇ ਬਾਕੀ ਹੈ। ਥੈਂਕ ਯੂ ਜਸਪ੍ਰੀਤ ਥਿੰਦ ਜੀ। ਇਹਦਾ ਜ਼ੁਕਾਮ ਹੋਇਆ ਪਿਆ ਸ਼ੇਖਰ। ਇਹਦਾ ਗਰਮ ਸਾਹ ਧੋਈ ਪਈ ਹੈ ਉਹਦੇ ਕਰਕੇ ਲੱਗਦਾ। ਹਾਂਜੀ, ਇੱਕ ਓਵਰ ਸਮਾਪਤ ਹੈ, 6 ਬਣੇ। ਜਾਉਣ ਵਾਲੇ ਪਿੰਡ ਦਾ ਕਹਿੰਦੇ ਅੰਬਰ, ਦੂਜੇ ਓਵਰ ਦੀ ਸ਼ੁਰੂਆਤ ਕਰਨ ਵਾਸਤੇ 9 ਯਾਰ ਬਿਲਕੁਲ ਕਹਿੰਦੇ ਤਿਆਰ ਬਰ ਤਿਆਰ ਹੈ। ਔਰ ਉਧਰਲੇ ਪਾਸੇ ਮੁੰਡਾ ਕਹਿੰਦੇ ਰੂਪਗੜ੍ਹ ਮੰਡੀ ਦਾ ਰੋਬਨ ਜਿਹੜਾ ਕਹਿੰਦੇ ਪੈਂਦੀਆਂ ਬਾਲਾਂ ਦਾ ਕਹਿੰਦੇ ਸਾਹਮਣਾ ਕਰਨ ਵਾਸਤੇ ਬਿਲਕੁਲ ਕਹਿੰਦੇ ਤਿਆਰ ਬਰ ਤਿਆਰ ਹੈ। ਬਾਹਰਲੇ ਨੂੰ ਬਾਹਰਲੇ ਦੀ ਟੱਕਰ ਹੈ, ਟੱਕਰ ਜਿਹੜੀ ਕਹਿੰਦੇ ਵੇਖਣ ਵਾਲੀ ਹੋਵੇਗੀ, ਟੱਕਰ ਮਹਿੰਗੇ ਮਿਲਦੀ ਹੋਵੇਗੀ। 30 ਬਾਲਾਂ ਜਿੱਤਣ ਵਾਸਤੇ 84 ਕਰ ਰਹੇ ਹੈ। ਪਹਿਲੀ ਬਾਲ ਉਧਰੇ ਪਾਸੇ ਰੋਬਨ ਫਿੱਟ ਬੜੀ ਕਹਿੰਦੇ ਕਮਾਲ ਦੀ ਖੇਡ ਰਿਹਾ, ਚਾਰਾਂ ਦੇ ਵਾਧੇ ਜਿਹੜੇ ਕਹਿੰਦੇ ਆਪਣੀ ਟੀਮ ਵਾਸਤੇ ਨਵੇਂ ਨੇ ਕਰ ਦਿੱਤੇ ਹੈ। ਵੀ ਘਰੇ ਜਨਾਨੀ ਕੁੱਟ ਕੇ ਯਾਰੋ, ਜਿਹੜਾ ਮਰਦ ਦਰੇਰ ਬਣੇ ਕਰੇ ਨੂੰ ਫੁੱਲ ਡਰਾ ਕੇ ਯਾਰੋ, ਜਿਹੜਾ ਬੰਦਾ ਸ਼ੇਰ ਬਣੇ ਦੁੱਧ ਮੱਖਣਾ ਨਾਲ ਪਾਰੇ ਨੇੜੇ ਲੱਗਣ ਨਹੀਂ ਦਿੰਦੇ ਤੇ ਪੁੱਤ ਬਗਾਨੇ ਡੱਬ ਚ ਹੌਸਲਾ ਕੱਢਣ ਨਹੀਂ ਦਿੰਦੇ। ਪਹਿਲੀ ਵਾਰ ਦੇ ਚਾਰਾਂ ਦੇ ਵਾਧੇ ਹੋ ਚੁੱਕੇ ਹੈ। ਬਾਲ ਪਾਉਣ ਵਾਸਤੇ ਮੁੰਡਾ ਕਹਿੰਦੇ ਅੰਬਰ, ਫਿਰ ਕਹਿੰਦੇ ਤਿਆਰ ਬਰ ਤਿਆਰ ਹੈ ਵੱਡਾ ਬੰਦਾ ਕਹਿੰਦੇ ਖੇਡ ਕਾਸਕੋ ਦਾ। ਔਰ ਸਾਹਮਣੇ ਮੁੰਡਾ ਕਹਿੰਦੇ ਨੂਪਗੜ੍ਹ ਮੰਡੀ ਵਾਲਾ ਪੈਂਦੀ ਬਾਲ ਦਾ ਸਾਹਮਣੇ ਕਰਦਾ ਹੈ ਤੇ ਕਮਾਲ ਜਿਹੜੀ ਕਹਿੰਦੇ ਫਿਰ ਕਰ ਦਿੱਤੀ ਹੈ। ਔਰ ਦੋ ਸਕੋਰਾਂ ਦੇ ਜਿਹੜੇ ਕਹਿੰਦੇ ਵਾਧੇ ਹੋ ਚੁੱਕੇ ਹੈ। ਪਹਿਲੀਆਂ 2 ਬਾਲਾਂ ਤੇ ਮੁੰਡਾ ਕਹਿੰਦੇ ਰੋਬਨ ਜਿਹੜਾ ਕਹਿੰਦੇ ਬਾਜੀ ਮਾਰਦਾ ਕਹਿੰਦੇ ਨਜ਼ਰ ਆ ਰਿਹਾ ਹੈ। 28 ਬਾਲਾਂ ਜਿੱਤਣ ਵਾਸਤੇ ਜਿਹੜੇ ਕਹਿੰਦੇ 76 ਹਾਲੇ ਵੀ ਬਾਕੀ, ਟਾਰਗੇਟ ਵੱਡਾ ਸੈੱਟ ਹੋਇਆ ਹੈ। ਔਰ ਸਾਹਮਣੇ ਜਿਹੜੇ ਕਹਿੰਦੇ 2 ਬੱਲੇਬਾਜ਼ ਪਿੱਚਰ ਉੱਪਰ ਜਿਹੜੇ ਕਹਿੰਦੇ ਮੌਜੂਦ ਹੈ, ਸਾਰੇ ਦੀ ਸਾਰੀ ਜ਼ਿੰਮੇਵਾਰੀ ਆਹ ਮੁੰਡਿਆਂ ਦੇ ਕਹਿੰਦੇ ਮੋਢਿਆਂ ਤੇ ਹੈ। ਚਾਉਣ ਵਾਲੀਆਂ ਕਹਿੰਦੇ ਬਾਲਾਂ ਭਾਰਿਆ ਹੈ। ਔਰ ਸਾਹਮਣੇ ਵੇਖਾਂਗੇ 28 ਬਾਲਾਂ
ਖੱਬਰ ਜਿਹੜੇ ਕਹਿੰਦੇ ਬਾਕੀ ਆ ਮੈਚ ਨੂੰ ਜਿੱਤਣ ਵਾਸਤੇ ਤੇ ਛੱਕੇ ਕੁੱਲ ਬਣਾ ਕੇ ਜਿਹੜੇ ਕਹਿੰਦੇ 13.5 ਚਾਹੀਦੇ ਆ ਲੱਗ ਸਕਦੇ ਖੇਡ ਕਾਸ ਤੋਂ ਹੈ ਪਰ ਪਹਿਲੀ ਵਾਰ ਉਹਦੇ ਪਾਸੇ ਫੇਰ ਆਹ ਬੱਲੇ 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 ਅਨੂਪਗੜ ਮੰਡੀ ਵਾਲਾ ਰੋਬਨ ਕਰ ਗਿਆ ਮੁੰਡਾ ਕਹਿੰਦੇ ਕਮਾਲ ਹਿੱਤ ਬੜੀ ਕਹਿੰਦੇ ਸੋਹਣੀ ਖੇਡੀ ਹੈ ਚਾਰਾਂ ਦੇ ਵਾਧੇ ਜਿਹੜੇ ਕਹਿੰਦੇ ਹੋ ਚੁੱਕੇ ਹੈ 16 ਸਕੋਰ ਜਿਹੜੇ ਕਹਿੰਦੇ ਬਣ ਗਏ 3 ਵਾਲਾਂ ਹੋਈਆਂ ਨੇ ਜਾਣ ਵਾਲੀਆਂ ਤਿਆਰੀ ਹੋ ਜਾ ਨੌਜਵਾਨ ਵੱਡਾ ਮਾਣ ਹੈ ਜੇ ਹਰ ਗਿਆ ਨਾ ਤੇ ਫਿਰ ਹਿਸਾਬ ਨਾਲ ਵੀ ਗੱਲ ਬਣੀ ਨੀਗੀ ਵੱਡਾ ਮਾਣ ਵੱਡਾ ਇੰਤਜ਼ਾਰ ਕਰਿਆ ਦੁਨੀਆ ਨੇ ਵੀ ਜਿਉਣ ਵਾਲੀ ਅੰਬਰ ਪੁੱਜੇਗਾ ਸਾਡੀ ਧਰਤੀ ਦੇ ਤੇ ਮੁੰਡੇ ਦੀ ਖੇਡ ਵੇਖਾਂਗੇ ਪਰ ਸਾਹਮਣੇ ਨੂਪਗੜ ਮੰਡੀ ਵਾਲਾ ਐਨ ਕਹਿੰਦੇ ਵੇਰਿਆ ਫਿਰਦਾ ਹੈ ਪਹਿਲੀਆਂ 3 ਵਾਲਾਂ ਤੇ 3 ਹੀ ਪਿੱਚ ਤੇ ਹੀ ਡਿੱਗਣ ਦਿੱਤੀਆਂ ਮੁੰਡੇ ਨੇ ਪਰ ਪਹਿਲੀ ਵਾਰ ਉਹਦੇ ਪਾਸੇ ਫਿਰ ਵਾਈਡ ਦੇ ਫੈਸਲੇ ਆਏ ਬਿੰਨੀ ਹੈ ਭਰਾ ਸਾਡਾ ਹੈ ਐਨ ਛੋਟੀਆਂ ਛੋਟੀਆਂ ਬਾਹਾਂ ਦੇ ਨਾਲ ਵੱਡੀ ਸਾਰੀ ਬੈਟ ਦਿੱਤੀ ਉਹਨੇ ਔਰ ਇੱਕ ਜਿਹੜੇ ਕਹਿੰਦੇ ਹੋਰ ਹੋ ਗਿਆ ਹੈ ਜਿਉਣ ਵਾਲੇ ਪਿੰਡ ਵਾਲਿਆ ਮੰਨਣਾ ਪੈਣਾ ਕਿਵੇਂ ਕੀ ਕਹਿੰਦੇ ਹੋ 17 ਸਕੋਰ ਜਿਹੜੇ ਅੰਬਰ ਰੋਬਿਨ ਅੰਬਰ ਬੱਲੇ 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 ਵਾਹ ਮੁੰਡਿਆ ਸ਼ਾਟ ਖੇਡਿਆ ਬਾਈ ਸ਼ਾਟ ਸੋਹਣਾ ਲੱਗਾ ਮੁੰਡੇ ਦੇ ਮੈਂ ਵੀ ਤਾੜੀ ਮਾਰੋ ਯਾਰ ਕਿੱਡਾ ਤਗੜਾ ਸ਼ਾਟ ਖੇਡਿਆ ਤੇ 6 ਦੇ ਵਾਧੇ ਕਰ ਗਿਆ ਮੁੰਡਾ ਕਹਿੰਦੇ ਐਨ ਕਮਾਲ ਜਿਹੜੀ ਕਹਿੰਦੇ ਕਰ ਗਿਆ ਹੈ ਸਕੋਰ ਜਿਹੜੇ ਕਹਿੰਦੇ ਵੱਧ ਕੇ 23 ਬਣ ਗਿਆ ਹੈ 26 ਵਾਲਾ ਹੁਣ ਮੈਚ ਨੂੰ ਜਿੱਤਣ ਜਮਾ ਰਾਜਸਥਾਨ ਵਾਲੇ ਨੇ ਐਨ ਕਹਿੰਦੇ ਗੱਡੀ ਜਿਹੜੀ ਕਹਿੰਦੇ ਲੀਹ ਦੇ ਕਰ ਦਿੱਤੀ ਹੈ ਔਰ ਸਾਹਮਣੇ ਵੇਖਾਂਗੇ ਆਹ ਓਵਰ ਜਿਹੜਾ ਕਹਿੰਦੇ ਮਹਿੰਗਾ ਸਾਬਤ ਹੋ ਰਿਹਾ ਇੱਕ ਮਹਿੰਗੇ ਓਵਰ ਦੀ ਜਿਹੜੀ ਕਹਿੰਦੇ ਸਮਾਪਤੀ ਹੋਣ ਜਾ ਰਹੀ ਹੈ 2 ਵਾਲਾ ਹਾਲੇ ਬਾਕੀ 4 ਹੋਈਆਂ ਨੇ 26 ਵਾਲਾ ਸਟਾਰਟ ਕਰ ਰਹੇ ਹੈ ਜਾਣ ਵਾਲੇ ਪਿੰਡ ਵਾਲਿਆ ਢੇਲਣਾ ਦੇ ਢੇਲਣਾ ਦੇ ਨੌਜਵਾਨ ਫਿੱਟ ਹੋ ਜਾ ਤਗੜਾ ਹੋ ਕੇ ਵਾਲਾ ਪਾਉਣੀਆਂ ਵੀ ਦੁਸ਼ਮਣ ਨਾਲ ਜੇ ਪੰਗਾ ਲਈਏ ਮੁੜ ਕੇ ਨਾ ਢਿੱਲੇ ਪਈਏ ਨੱਕ ਵਿੱਚ ਦਮ ਕਰਕੇ ਰਹੀਏ ਐਵੇਂ ਕੋਈ ਨਿਆਉਂਦਾ ਨੀ ਇੱਕ ਵਾਰੀ ਜੇ ਲੰਘ ਗਿਆ ਵੇਲਾ ਮੁੜ ਕੇ ਹੱਥ ਆਉਂਦਾ ਨੀ ਪਰ ਸਾਹਮਣੇ ਅਨੂਪਗੜ ਮੰਡੀ ਵਾਲਾ ਅਨੂਪਗੜ ਮੰਡੀ ਵਾਲਾ ਵੇ ਫੇਰਿਆ ਫਿਰਦਾ ਹੈ ਕਮਾਲ ਵੱਡੀ ਕਰ ਗਿਆ ਮੁੰਡਾ 4 ਦੇ ਵਾਧੇ ਜਿਹੜੇ ਕਹਿੰਦੇ ਹੋਰ ਹੋ ਗਏ 25 ਵਾਲਾ ਤ੍ਰੇਠ ਸੁੱਖ ਨੀ ਜਾਵਦੀ ਜਾਣ ਵਾਲੇ ਪਿੰਡ ਵਾਲਿਆ ਸੁੱਖ ਨੀ ਜਾਵਦੀ ਜਿਹੜੇ ਹਿਸਾਬ ਨਾਲ ਇਸ ਓਵਰ ਚ ਮੁੰਡਾ ਕਹਿੰਦੇ ਹਿੱਟਾ ਖੇਡੀ ਜਾਂਦਾ ਆਵਰ ਚ ਮੁੰਡਾ ਕਹਿੰਦੇ ਐਨ ਧੁੱਕੀ ਗੱਡੀ ਆਉਂਦਾ ਮੁੰਡਾ ਰੋਬਨ ਚੜ੍ਹਦੀ ਬਰੇਸ ਦਾ ਕਹਿੰਦੇ ਖਿਡਾਰੀ ਹੈ ਔਰ ਵੱਡੀਆਂ ਕਹਿੰਦੇ ਪਲਾਂਗਾ ਪੱਟਣ ਵਾਲਾ ਜਿਹੜਾ ਕਹਿੰਦੇ ਮੁੰਡਾ ਬੱਲੇ ਬੱਲੇ ਜਿਹੜੀ ਕਹਿੰਦੇ ਘਰ ਆ ਗਿਆ 5 ਹੋ ਗਈ ਲਾਸਟ ਵਾਲ ਇਸ ਓਵਰ ਦੀ ਬਾਕੀ ਹੈ 25 ਵਾਲਾ 63 ਰਹਿ ਗਿਆ ਹੈ ਮੁੰਡਾ ਨੂਪਗੜ ਮੰਡੀ ਵਾਲਾ ਫਿੱਟ ਹੈ ਦੂਜੇ ਪਾਸੇ ਜਿਉਣ ਵਾਲੇ ਪਿੰਡ ਵਾਲਾ ਅੰਬਰ ਪੈਂਦੀ ਵਾਲ ਉਧਰੇ ਪਾਸੇ ਔਰ ਬੱਲੇ 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 ਔਰ ਬਾਈ ਜਿਹੜੇ ਮੁੰਡੇ ਦੀ ਬੱਲੇਬਾਜ਼ੀ ਚ ਦਮ ਲੱਗਿਆ ਤਾੜੀ ਮਾਰੋ ਯਾਰ ਮੁੰਡੇ ਦੇ ਨਾਂ ਦੀ ਐਨ ਜਿਹਾ ਕਹਿੰਦੇ ਕਮਾਲ ਕਰ ਗਿਆ ਚੁੱਪਰ 2 ਓਵਰ ਸਮਾਪਤ ਹੈ ਤੇ 31 ਬਣ ਗਏ ਹੈ 2 ਓਵਰਾਂ ਦੀ ਸਮਾਪਤੀ ਦੇ 31 ਜਿਹੜੇ ਕਹਿੰਦੇ ਬਣ ਚੁੱਕੇ ਹੈ 90 ਕਰਨੇ ਹੈ 50 ਸਕੋਰ ਜਿਹੜੇ ਕਹਿੰਦੇ ਚਾਹੀਦੇ ਮੈਚ ਨੂੰ ਜਿੱਤਣ ਵਾਸਤੇ 24 ਵਾਲਾ ਬਾਕੀ ਨੇ ਓਵਰ ਸਮਾਪਤ ਹੈ 31 ਬਣਿਆ ਢਾਬਾ ਵਾਲਾ ਕਹਿੰਦੇ ਸ਼ੰਟੀ ਵਾਲ ਪਾਉਣ ਵਾਸਤੇ ਨੌਜਵਾਨ ਬਿਲਕੁਲ ਕਹਿੰਦੇ ਤਿਆਰ ਵਰ ਤਿਆਰ ਹੈ ਚੌਵੀ ਬਾਕੀ ਨੇ
ਗੁਰਦਾਸਪੁਰ ਜਿਹੜੇ ਕਹਿੰਦੇ ਮੈਂ ਤੈਨੂੰ ਜਿੱਤਣ ਵਾਸਤੇ ਬਾਕੀ ਆ ਵੀ ਭੁੱਖ ਬਿਨਾ ਖਾਣ ਦਾ ਸੱਦੇ ਬਿਨਾ ਜਾਣ ਦਾ ਚੱਬੇ ਬਿਨਾ ਪਾਣ ਦਾ ਜੀਡੀਓ ਨੂੰ ਕਰੀ ਜਾਣਾ ਨੇੜੇ ਹੋ ਖੜੀ ਜਾਣਾ ਐਵੇਂ ਉੱਤੇ ਚੜੀ ਜਾਣਾ ਆਪ ਜੋ ਬੁਲਾਵੇ ਸਿੱਧੂ ਦਾ ਗਰਾਊਂਡ ਚ ਨਹੀਂ ਆਇਆ ਪਾਣੀ ਬਿਨਾ ਘਰ ਜੋ ਸਵਾਲੀ ਬਿਨਾ ਵਿਆਹ ਹਾਣੋ ਹਾਣੀ ਬਿਨਾ ਸਿੱਧੂ ਸਰਕਾਰ ਚ ਬੈਠੇ ਕਹਿੰਦਾ ਗਰਮੀ ਬਹੁਤ ਹੈ ਯਾਰ ਬਿਨਾ ਯਾਰ ਸੱਚੇ ਯਾਰ ਬਿਨਾ ਆਸ਼ਕ ਦਿਦਾਰ ਬਿਨਾ ਸਿੱਧੂ ਏ ਬਚੇ ਨਾ ਬਾਲਾ ਜਿਹੜੀਆਂ ਕਹਿੰਦੇ 24 ਬਾਕੀ ਨੇ ਤੇ ਮੈਂ ਤੈਨੂੰ ਜਿੱਤਣ ਵਾਸਤੇ ਕਹਿੰਦੇ ਨਾ 10 ਛੱਕਿਆਂ ਦੀ ਜਿਹੜੀ ਕਹਿੰਦੇ ਲੋੜ ਹੈ ਤਾਂ ਬਾਲਾ ਛੱਡੀ ਪਾਉਂਦਾ ਹੋਇਆ ਬਾਲ ਤੇ ਸਾਹਮਣੇ ਕਹਿੰਦੇ ਮੇਜ਼ ਦੀ ਕਹਿੰਦੇ ਵੱਡੀ ਟਰਾਈ ਹੈ ਫੀਲਡਰ ਮੌਜੂਦ ਇੱਕ ਸਿੰਗਲ ਦੇ ਵਾਧੇ ਹੋਇਆ ਹੈ ਹੁਣ 23 ਬਾਲਾਂ 58 ਆ ਗਿਆ ਨੂੰ ਗੜੀਆ ਬਾਲਾ ਕਹਿੰਦੇ ਸਾਹਮਣੇ ਕਰਨ ਵਾਸਤੇ ਬਿਲਕੁਲ ਕਹਿੰਦੇ ਮੂਹਰੇ ਆ ਗਏ ਕਹਿੰਦੇ ਪਿੱਚ ਦੇ ਉੱਪਰ ਜਿਹੜਾ ਕਹਿੰਦੇ ਮੁੰਡਾ ਬੱਲੇਬਾਜ਼ੀ ਕਰਨ ਵਾਸਤੇ ਬਿਲਕੁਲ ਕਹਿੰਦੇ ਤਿਆਰ ਬਰ ਤਿਆਰ ਹੈ ਵੀ ਇੱਕ ਪਿੰਡ ਸਾਡੇ ਦਾ ਮੁੰਡਾ ਸੀ ਤੇਰੇ ਨਾਲ ਉਦੋਂ ਹੁੰਦਾ ਸੀ ਜਦ ਆਪਣੀ ਲੱਗੀ ਯਾਰੀ ਸੀ ਉਹਨੇ ਕਰੀ ਸਟੋਰੀ ਸ਼ੇਅਰ ਕਰਨਾ ਤੂੰ ਮੇਰੇ ਮੂਹਰੇ ਆ ਗਿਆ ਫਿਰ ਚਨਾ ਉਤੋਂ ਵੱਟਣਾ ਲੱਗਣ ਦੀ ਤਿਆਰੀ ਸੀ ਮੁੰਡਾ ਕਹਿੰਦੇ ਮੂਹਰੇ ਰੂਪ ਗੜੀਆ ਪੈਂਦੀ ਵਾਰ ਢਾਬਾ ਲੈਣੀ ਔਰ ਉਦਲੇ ਪਾਸੇ ਬੱਲੇ 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 ਬਣ ਗਿਆ ਮੈਚ ਸਾਰੇ ਦਾ ਸਾਰਾ ਮੋੜਤਾ ਢਾਬਾ ਵਾਸ ਮੁੜ ਗਿਆ ਹੈ ਵੀ ਤੁਰ ਜਾਵੇ ਤੁਰ ਜਾ ਬੀਬਾ ਆਪਣੇ ਦਰਾਂ ਨੂੰ ਫਿਰ ਕੀ ਕਰੇਗਾ ਜਾ ਕੇ ਉਜੜੇ ਘਰਾਂ ਨੂੰ ਮਰ ਜਾਣੇ ਮਾਨਾ ਸਿੱਖੀ ਮੰਗਦੀ ਸਿਰਾਂ ਨੂੰ ਬੱਚਿਆਂ ਨੂੰ ਨਾਲ ਲੈ ਜਾ ਨਿਆਈਆਂ ਦੇ ਖਾਣਗੇ ਦਾਦੇ ਦੀਆਂ ਪਾਟੀਆਂ ਵਿਆਈਆਂ ਦੇ ਖਾਣਗੇ ਔਖੀਆਂ ਨੇ ਕਿੰਨੀਆਂ ਕਮਾਈਆਂ ਦੇ ਖਾਣਗੇ ਇਹ ਵੀ ਜਾ ਕੇ ਮਾਣ ਲੈਣ ਬੋੜਾ ਪਿੱਪਲਾਂ ਦੀ ਸ਼ਾਨ ਨੂੰ ਮੁੜ ਜਾਵੇ ਬਾ ਆਪਣੇ ਦਰਾਂ ਨੂੰ ਫਿਰ ਕੀ ਕਰੇਗਾ ਜਾ ਕੇ ਉਜੜੇ ਘਰਾਂ ਨੂੰ ਖਿਡਾਰੀ ਜਿਹੜਾ ਕਹਿੰਦੇ ਆਊਟ ਹੋ ਕੇ ਵਾਪਸ ਮੁੜ ਗਿਆ ਜਿਹਦੇ ਤੋਂ ਵੱਡੀ ਆਸ ਤੇ ਉਮੀਦ ਜਿਹੜੀ ਕਹਿੰਦੇ ਕਰ ਰਹੀ ਸੀ ਪਰ ਉਹਦੇ ਪਾਸੇ ਢਾਬਾ ਦਾ ਕਹਿੰਦੇ ਸ਼ੰਟੀ ਜਿਹਨੇ ਕਹਿੰਦੇ ਕਮਾਲ ਕਰ ਦਿੱਤੀ ਵੱਡੀ ਵਿਕਟ ਦਾ ਜਿਹੜਾ ਕਹਿੰਦੇ ਪਤਨ ਹੋਇਆ ਤੀਜੇ ਓਵਰ ਦੀਆਂ ਬਾਲਾਂ ਨੇ ਨਵਾਂ ਬੱਲੇਬਾਜ਼ ਅਮੇਸ਼ ਨਾਂ ਦੱਸੀ ਬਈ ਹਰਮੀਤ ਹਰਮੀਤ 32 ਬਣਿਆ ਹੈ ਜਿੱਤਣਾ ਤੇ 58 ਹਾਲੇ ਵੀ ਬਾਕੀ ਨੇ 22 ਬਾਲਾਂ ਬਾਕੀ ਨੇ ਕਹਿੰਦੇ ਸਾਹਮਣੇ ਢਾਬਾ ਵਾਲਾ ਕਹਿੰਦੇ ਛੱਡੀ ਬਾਲਾ ਭਾਰਿਆ ਹੈ ਤੀਜੇ ਓਵਰ ਦੀਆਂ ਬਾਲਾਂ ਨੇ ਜਿਹੜੀਆਂ ਕਹਿੰਦੇ ਖੇਡ ਮੈਦਾਨ ਅੰਦਰ ਪੈ ਰਹੀਆਂ ਨੇ ਔਰ ਸਾਹਮਣੇ ਹਰਮੀਤ ਮੁੰਡਾ ਕਹਿੰਦੇ ਨਾਨੂ ਵਾਲੇ ਪਿੰਡ ਵਾਲਾ ਪੈਂਦੀਆਂ ਬਾਲਾਂ ਦਾ ਸਾਹਮਣਾ ਕਰਨ ਵਾਸਤੇ ਆਇਆ ਹੈ 10 ਛੱਕੇ ਜਿਹੜੇ ਕਹਿੰਦੇ ਮੈਚ ਨੂੰ ਜਿੱਤਣ ਵਾਸਤੇ ਬਾਕੀ ਨੇ ਹੋਰ ਸਾਹਮਣੇ ਵੇਖਾਂਗੇ 22 ਬਾਲਾਂ ਦੀ ਖੇਡ ਜਿਹੜੀ ਕਹਿੰਦੇ ਬਾਕੀ ਹੈ ਪੈਂਦੀ ਬਾਲ ਉਹਦੇ ਪਾਸੇ ਸ਼ੰਟੀ ਉਹ ਬੱਲੇ ਸਿਰੇ ਦੀ ਬਾਲ ਹਿੱਟ ਬੜੀ ਕਹਿੰਦੇ ਕਮਾਲ ਦੀ ਹੈ ਗੋਡੇ ਦੇ ਐਨ ਕਹਿੰਦੇ ਗੈਪ ਖੇਡਿਆ ਹੈ ਸ਼ਾਟ 4 ਦੇ ਵਾਧੇ ਜਿਹੜੀ ਕਹਿੰਦੇ ਆਪਣੀ ਟੀਮ ਵਾਸਤੇ ਕਰਦੇ ਸਕੋਰ ਜਿਹੜਾ ਕਹਿੰਦੇ ਵੱਧ ਕੇ 36 ਬਣ ਚੁੱਕਿਆ ਕਹਿੰਦੇ ਸੁਰਜੀਤ ਕਹਿੰਦੇ ਭੁੱਲਰ ਦੇ ਗਾਏ ਹੋਏ ਗੀਤਾਂ 'ਚ ਜਿਹੜੀ ਕਹਿੰਦੇ ਗੱਲ ਹੋਈ ਹੈ ਵੀ 36 ਕਮੀਆਂ ਗਣਾ ਕੇ ਯਾਰੀ ਤੋੜੀ ਨੀ ਬੱਲੇ ਦੀ ਤੇਰੇ ਬੱਲੇ ਜੱਟੀਏ 36 ਬਣ ਗਏ ਹੁਣ 54 ਮੈਚ ਨੂੰ ਜਿੱਤਣ ਵਾਸਤੇ ਬਾਕੀ 21 ਸਕੋਰ 21 ਬਾਲਾਂ ਦੇ ਅੰਦਰ 54 ਸਕੋਰ ਜਿਹੜੇ ਕਹਿੰਦੇ ਕਰ ਰਹੇ ਆ ਕਹਿੰਦੇ ਟੀਮ ਨਾਨੂ ਵਾਲੇ ਨੇ ਜੇਕਰ ਚੱਲਦਾ ਹੋਇਆ ਮੈਚ ਜਿੱਤਣਾ ਪਰ ਢਾਬਾ ਵਾਲਾ ਛੱਡੀ ਵੱਡਾ ਕਹਿੰਦੇ ਮਾਲਾ ਖੇਡ ਕਾਸਤੋ ਦਾ ਬਾਲਾਂ ਪਾ ਰਿਹਾ ਤੀਜੇ ਓਵਰ ਦੀਆਂ ਨੇ ਔਰ ਸਾਹਮਣੇ ਹਰਮੀਤ ਤੇ ਅਮੇਸ਼ ਦੀ ਜੋੜੀ ਹੈ ਪਹਿਲੀ ਵਾਰ ਉਹਦੇ ਪਾਸੇ ਹਿੱਟ ਬੜੀ ਜ਼ੋਰਦਾਰ ਤੇ ਕਮਾਲ ਜਿਹੜੀ ਕਹਿੰਦੇ ਫਿਰ ਹੋ ਗਈ 4 ਦੇ ਵਾਧੇ ਜਿਹੜੀ ਕਹਿੰਦੇ ਮੁੰਡਾ ਆਪਣੀ ਟੀਮ ਵਾਸਤੇ ਹੋਰ ਕਰ ਗਿਆ ਲਗਾਤਾਰ 2 ਬਾਉਂਡਰੀਆਂ ਜੋੜੀਆਂ ਮੁੰਡੇ ਨੇ 20 ਬਾਲਾਂ ਤੇ 50 ਜਿਹੜੀ ਕਹਿੰਦੇ ਬਾਕੀ ਹੈ ਮੈਚ ਨੂੰ ਜਿੱਤਣ ਵਾਸਤੇ ਬਣ ਸਕਦੇ ਹੈ ਔਰ ਸਾਹਮਣੇ ਕਹਿੰਦੇ ਬਹੁਤ ਤਗੜੀ ਸ਼ੁਰੂਆਤ ਜਿਹੜੀ ਕਹਿੰਦੇ ਕਰੀਆ ਨਾਨੂ ਵਾਲੀ ਕਹਿੰਦੇ ਪੈਂਦੇ 2 ਵਿਕਟਾਂ ਜਿਹੜੀਆਂ ਜ਼ਰੂਰ ਡਿੱਗੀਆਂ ਸ਼ੁਰੂਆਤੀ ਦੌਰ ਚ ਔਰ ਮੁੰਡੇ ਕਹਿੰਦੇ ਲਗਾਤਾਰ ਹਿੱਟਾਂ ਜਿਹੜੀਆਂ ਕਹਿੰਦੇ ਜੋੜ ਰਹੇ ਆਪਣੀ ਕਹਿੰਦੇ ਟੀਮ ਵਾਸਤੇ ਵੀ ਰਨ ਜਿੱਤਣ ਨੂੰ ਸੁਰਮਾ ਜੋ ਹਰਦਮ ਰਹੇ ਤਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜੋ ਪਹਿਲਾਂ ਕਰਦੇ ਵਾਰ ਗੱਲ ਸਾਰੀ ਸ਼ੁਰੂਆਤ ਦੀ ਹੈ ਔਰ ਉਦਲੇ ਪਾਸੇ ਆਊਟ ਬੱਲੇ ਬਿਲਕੁਲ ਬਾਉਂਡਰੀ ਉੱਪਰ ਕੈਚ ਜਿਹੜਾ ਕਹਿੰਦੇ ਹੋਇਆ ਹੈ ਭੱਜ ਕੇ ਜਾ ਭੱਜ ਕੇ ਗੇਂਦ ਬਈ ਹਾਂਜੀ ਆਊਟ ਆ ਜੀ ਆਊਟ ਆ
ਫੈਸਲੇ ਕੈਚ ਆਊਟ ਦੇ ਆਏ ਗਿਰਵੀ ਭੱਜ ਕੇ ਹੋ ਜਾਇਆ ਕਰੋ ਯਾਰ, ਇਹੋ ਜਿਹਾ ਵੱਡੇ ਮੈਚ ਹੁੰਦੇ ਹੁਣ ਦੋਨੇ ਟੀਮਾਂ ਦਾ ਜ਼ੋਰ ਲੱਗਿਆ ਹੁੰਦਾ, ਕਿਸੇ ਤਰ੍ਹਾਂ ਦੀ ਕੋਈ ਵੀ ਢਿੱਲ ਨਾ ਕਰਿਆ ਕਰੋ, ਫੈਸਲਾ ਬਿਲਕੁਲ ਸੋਚ ਵਿਚਾਰ ਕੇ ਹੋਵੇਗਾ। ਕੋਈ ਚੱਕਰ ਨੀ ਗਿੱਲ ਬਈ, ਲੈਣਾ ਫੈਸਲਾ ਜੋ ਵੀ ਡਿਸੀਜਨ ਲੈਣਾ। ਲੈ ਗਿੱਲ ਬਈ ਯਾਰ, ਕਰਦੇ ਡਿਸੀਜਨ ਦੋ ਦੋ ਅੰਪਾਇਰਾਂ ਦਾ ਫੈਸਲਾ ਅੰਤਿਮ ਹੋਊਗਾ ਬਾਈ ਜੀ। ਰੋਲਾ ਪੈ ਗਿਆ ਉਹ ਬਾਈ ਯਾਰ, ਲੜੋ ਨਾ ਆਪਸ ਚ, ਰੋਲਾ ਨਾ ਪਾਓ। ਜੋ ਫੈਸਲਾ ਅੰਪਾਇਰ ਕਹਿੰਦੇ ਬਾਈ ਮੰਨਣਾ ਪਊਗਾ। ਆਊਟ ਹੈ, ਆਊਟ ਹੈ, ਆਊਟ ਹੈ ਜੀ, ਆਊਟ ਹੈ। ਬੰਨੀ ਬਾਈ ਸਾਡਾ ਜਿੱਥੇ ਵੀ ਵਾਸ ਹੁੰਦਾ ਵੀਰ ਸਾਡਾ, ਲੈ ਵੀ ਚੁਣਾਵ ਮੈਚ ਮੈਚ ਨਾ ਰੋਕੋ। ਚੁਣਾਵ ਜੀ ਗਰਾਊਂਡ ਕਲੀਅਰ ਕਰੋ ਜਲਦੀ। ਆਊਟ ਹੈ ਜੀ, ਆਊਟ ਹੈ ਬਾਈ ਜੀ, ਗਰਾਊਂਡ ਕਲੀਅਰ ਕਰੋ। ਕੋਈ ਕਿਸੇ ਤਰ੍ਹਾਂ ਦੀ ਬਹਿਸਬਾਜੀ ਨਹੀਂ, ਇਹਦਾ ਵੀ ਪੀਡੀਆਰ ਆਇਆ, ਤੈਨੂੰ ਬੋਲਣ ਦੀ ਲੋੜ ਹੀ ਨੀ ਯਾਰ, ਆਇਆ ਤਾਂ ਬਾਲਿਆ। ਡਿਸੀਜਨ ਅੰਪਾਇਰਾਂ ਦੇ ਯਾਰ, ਜੇ ਸ਼ੱਕਾ ਕਹਿ ਦਿੰਦਾ ਫਿਰ ਸ਼ੱਕਾ ਹੀ ਰਹਿਣਾ ਸੀ, ਹੁਣ ਆਊਟ ਹੈ ਤੇ ਆਊਟ ਹੀ ਹੈ। ਉਹਦੇ ਵਾਸਤੇ ਤੁਸੀਂ ਦੋਵੇਂ ਇੱਕੋ ਜਿਹੇ ਹੋ। ਚਲਾਓ ਯਾਰ ਮੈਚ, ਗਰਾਊਂਡ ਕਰੋ ਕਲੀਅਰ ਜਲਦੀ। ਇਸ ਤੋਂ ਬਾਅਦ ਇੱਕ ਮੈਚ ਅੱਠ ਅੱਠ ਓਵਰਾਂ ਦਾ ਹੋਣਾ, 16 ਓਵਰ ਪੈਣੇ ਹੈ। 5:02 ਹੋ ਗਏ, ਹਿਸਾਬ ਲਾ ਲਓ ਯਾਰ ਮੈਚ ਕਿਵੇਂ ਪੂਰਾ ਹੋਊਗਾ। ਮੈਚ ਨਾ ਰੋਕੋ, ਜਲਦੀ ਚਲਾਈਏ ਮੈਚ ਆਪਾਂ। ਆਓ ਜੀ ਅਗਲਾ ਬੱਲੇਬਾਜ਼। ਮੈਚ ਕਾਊਂਟ ਹੁੰਦਾ ਸੀ ਵਿੱਚ, ਬੇਸ਼ ਨਾ ਪੁੱਛ ਕੇ ਦੱਸ ਬਈ। ਹੈਲੋ ਰੋਹਿਤ, ਹਾਂਜੀ ਰੋਹਿਤ, 40 ਵਾਲੀ ਲਾਸਟ ਵਾਲਾ ਹੈ, 19 ਵਾਲਾ 50 ਜਿਹੜੇ ਕਹਿੰਦੇ ਚਾਹੀਦੇ ਮੈਚ ਨੂੰ ਜਿੱਤਣ ਵਾਸਤੇ, 17 ਵਾਲਾ 40 ਬਣ ਗਏ, 19 ਵਾਲਾ ਦੇ 50 ਬਾਕੀ ਆ। ਰੋਹਿਤ ਆ ਗਏ ਕਹਿੰਦੇ ਪਹਿਲੀ ਵਾਰ ਦਾ ਸਾਹਮਣਾ ਕਰਨ ਵਾਸਤੇ।
ਔਰ ਸਾਹਮਣੇ ਢਾਬਾ ਵਾਲੀ ਦੀ ਲਾਸਟ ਵਾਰ ਉਹ ਬੱਲੇ ਬੱਲੇ ਹਿੱਟ ਬੜੀ ਜ਼ੋਰਦਾਰ ਵਾਲਾ ਸਾਹਮਣੇ ਵੇਖਾਂਗੇ ਬਿਲਕੁਲ ਸੇਫ ਦੀ ਹੋਈ ਬਾਲ ਇੱਕ ਤੋਂ ਦੂਰੀ ਕਹਿੰਦੀ ਕਾਲ ਤੇ ਦੋ ਸਕੋਰ ਜਿਹੜੀ ਕਹਿੰਦੇ ਜੁੜ ਚੁੱਕੇ 42 ਸਕੋਰ ਨੇ 3 ਓਵਰ ਸਮਾਪਤ 3 ਬਾਕੀ ਨੇ 18 ਵਾਲਾ 48 8 ਛੱਕੇ ਮੈਚ ਨੂੰ ਜਿੱਤਣ ਵਾਸਤੇ ਨਹੀਂ ਨਹੀਂ ਇਸ ਤੋਂ ਬਾਅਦ ਆਈ ਪੂਲ ਕਲੀਅਰ ਮੈਚ ਹੈਲੋ ਹੈਲੋ ਵਧੀਆ ਸਿਰੀ ਦਾ ਸਕੋਰਿੰਗ ਕਰੀਮ ਕੋਈ ਨਾ ਸ਼ਾਮ ਨੂੰ ਫੋਨ ਲਾਉਣਾ ਲਓ ਜੀ ਸਾਹਮਣੇ 18 ਵਾਲਾ 8 ਛੱਕੇ ਜਿਹੜੇ ਕਹਿੰਦੇ ਮੈਚ ਨੂੰ ਜਿੱਤਣ ਵਾਸਤੇ ਮੁੰਡਾ ਕਹਿੰਦੇ ਕਮਲ ਕਹਿੰਦੇ ਭੀੜੀ ਵਾਲੇ ਪਿੰਡ ਦਾ ਬਾਲ ਪਾਉਣ ਵਾਸਤੇ ਕਹਿੰਦੇ ਬਿਲਕੁਲ ਤਿਆਰ ਬਰ ਤਿਆਰ ਆਪਣੇ ਕਹਿੰਦੇ ਕੋਟੇ ਦਾ ਲਾਸਟ ਓਵਰ ਪਾਰੀ ਦਾ ਜਿਹੜੇ ਕਹਿੰਦੇ ਚੌਥਾ ਓਵਰ ਜਿਹੜੇ ਕਹਿੰਦੇ ਚੋਬਰ ਪਾਉਣ ਵਾਸਤੇ ਆ ਗਿਆ ਆਹ ਮੁੰਡਾ ਕਹਿੰਦੇ ਐਡਵੋਕੇਟ ਹੈ ਤੇ ਗਰਾਊਂਡਾਂ ਦੇ ਵਿੱਚ ਕਹਿੰਦੇ ਬੱਲੇ ਬੱਲੇ ਕਰਾਉਂਦਾ ਹੈ ਪਹਿਲੀ ਬਾਲ ਉਧਰਲੇ ਪਾਸੇ ਮੇਸ਼ ਕਹਿੰਦੇ ਤਿਆਰ ਹੈ ਤੇ ਸਾਹਮਣੇ ਖੇਡੀ ਹੋਈ ਹਿੱਟ ਔਰ ਹਿੱਟ ਜਿਹੜੀ ਕਹਿੰਦੇ ਸੇਫ ਹੈ ਇੱਕ ਸਿੰਗਲ ਦੇ ਜਿਹੜੇ ਕਹਿੰਦੇ ਵਾਧੇ ਜ਼ਰੂਰ ਹੋਏ ਹੈ ਇਹਦੀਆਂ 17 ਬਾਲਾਂ ਮੈਚ ਨੂੰ ਜਿੱਤਣ ਵਾਸਤੇ ਜਿਹੜੇ ਕਹਿੰਦੇ 47 ਬਾਕੀ ਰਹਿ ਗਏ ਹੈ ਫਿੱਟ ਹੋਣਾ ਪੈਣਾ ਸਾਹਮਣੇ ਇਹਦੀਆਂ ਬਾਲਾਂ ਛੱਕੇ ਜਿਹੜੇ ਕਹਿੰਦੇ 8 ਜੇਕਰ ਵੱਜ ਜਾਂਦੇ ਹੈ ਤੇ ਜਿੱਤ ਸਕਦੀ ਕਹਿੰਦੇ ਨਹਿਰੂ ਵਾਲੇ ਦੀ ਟੀਮ ਜੇ ਰੋਕ ਲੈਂਦੀ ਤੇ ਜਿੱਤ ਕੇ ਜਾਵੇਗੀ ਕਹਿੰਦੇ ਭੀੜੀ ਵਾਲੇ ਦੀ ਟੀਮ ਦੇ ਮੁਕਾਬਲੇ ਜਿਹੜੇ ਕਹਿੰਦੇ ਕੁੰਡਲਾਂ ਦੇ ਨਾਲ ਖੇਡੇ ਜਾਣੇ ਹੈ ਇਸ ਮੈਚ ਤੋਂ ਬਾਅਦ ਪੂਲ ਕਲੀਅਰ ਮੈਚ ਜਿਹੜਾ ਕਹਿੰਦੇ 8 ਓਵਰ ਦਾ ਖੇਡਿਆ ਜਾਵੇਗਾ ਵੱਡਾ ਮੈਚ ਹੋਵੇਗਾ ਤੇ ਸੀਰੀਜ਼ ਜਿਹੜਾ ਕਹਿੰਦੇ ਕਾਊਂਟ ਕੀਤਾ ਜਾਵੇਗਾ ਪਾਉਂਦਾ ਬਾਲ ਮੁੰਡਾ ਕਹਿੰਦੇ ਕਮਲ ਕਹਿੰਦੇ ਭੀੜੀ ਵਾਲੇ ਪਿੰਡ ਦਾ ਸਾਹਮਣੇ ਰੋਹਿਤ ਮੁੰਡਾ ਕਹਿੰਦੇ ਨਾਨੂ ਵਾਲੇ ਪਿੰਡ ਦਾ ਮੁੰਡਾ ਕਹਿੰਦੇ ਰਾਜਸਥਾਨ ਦਾ ਐਸੇ ਨਗਰ ਦਾ ਕਹਿੰਦੇ ਇਲਾਕਾ ਪਿੰਡ ਵਿਜੇ ਨਗਰ ਦੇ ਨੇੜੇ ਕਰਕੇ ਵਸੇ ਹੋਏ ਕਹਿੰਦੇ ਪਿੰਡ ਨੇ ਪਹਿਲੀ ਵਾਰ ਉਹਦੇ ਪਾਸੇ ਬਾਲ ਚੋਟੀ ਦੀ ਹੈ ਬਾਲ ਸਿਰੇ ਦੀ ਹੈ ਔਰ ਵੇਖਾਂਗੇ ਬਾਲ ਜਿਹੜੀ ਕਹਿੰਦੇ ਡਾਊਟ ਹੈ ਇਹ ਭੀੜੀ ਵਾਲੇ ਪਿੰਡ ਦਾ ਕਹਿੰਦੇ ਕਮਲਾ ਹੈ ਵੱਡੀਆਂ ਵੱਡੀਆਂ ਟੀਮਾਂ ਵਾਸਤੇ ਮੁੰਡਾ ਕਹਿੰਦੇ ਇਨਵਾਈਟਡ ਖੇਡ ਖੇਡ ਕੇ ਮੇਲੇ ਵਾਲੇ ਜਿਹੜਾ ਕਹਿੰਦੇ ਚਰਚੇ ਕਰਾਉਣ ਵਾਲਾ ਜਿਹੜੇ ਕਹਿੰਦੇ ਖਿਡਾਰੀ ਔਰ ਸਾਹਮਣੇ ਅੱਜ ਕਹਿੰਦੇ ਆਪਣੇ ਪਿੰਡ ਦੀ ਕਹਿੰਦੇ ਟੀਮ ਬਣਾ ਕੇ ਲੈ ਕੇ ਆਇਆ ਹੈ ਵੱਡੇ ਮਾਨ ਕਹਿੰਦੇ ਜਾਣ ਵਾਲੀ ਅੰਬਰ ਦੇ ਕਹਿੰਦੇ ਕੀਤੇ ਹੈ ਔਰ ਛੱਡੀ ਕਹਿੰਦੇ ਢਾਬਾ ਵਾਲਾ ਕਹਿੰਦੇ ਖੇਡਿਆ ਹੈ ਪਹਿਲੀ ਵਾਰ ਤੇ ਖਿਡਾਰੀ ਜਿਹੜਾ ਕਹਿੰਦੇ ਇੱਕ ਹੋਰ ਆਊਟ ਹੋ ਕੇ ਵਾਪਸ ਆਇਆ ਹੈ ਜੋਗੀ ਆ ਗਿਆ ਪਹਿਲੀ ਬਾਲ ਦਾ ਸਾਹਮਣਾ ਕਰਨ ਵਾਸਤੇ ਨਵਾਂ ਬੱਲੇਬਾਜ਼ ਇੱਕ ਪਾਸੇ ਮੁੰਡਾ ਉਮੇਸ਼ ਜਿਹੜਾ ਕਹਿੰਦੇ ਅਮਰ ਸਿੰਘ ਵਾਲੇ ਕਹਿੰਦੇ ਪਿੰਡ ਤੋਂ ਚੱਲ ਕੇ ਆਇਆ ਹੈ ਇਹਦੀਆਂ ਬਾਲਾਂ 15-47 ਜਿਹੜੇ ਕਹਿੰਦੇ ਕਰਨੇ ਮੈਚ ਨੂੰ ਜਿੱਤਣ ਵਾਸਤੇ ਜੋਗੀ ਵੱਡੀਆਂ ਹਿੱਟਾਂ ਖੇਡਣ ਦਾ ਦਮਖਮ ਰੱਖਣ ਵਾਲਾ ਖਿਡਾਰੀ ਪਹਿਲੀ ਬਾਲ ਉਧਰਲੇ ਪਾਸੇ ਭੀੜੀ ਵਾਲੀ ਇਹਦੀ ਬਾਲ ਸਿਰੇ ਦੀ ਪਰ ਵਾਈਡ ਬਾਲ ਦੀ ਜਿਹੜੀ ਕਹਿੰਦੀ ਫੈਸਲੇ ਆਏ ਵਾਈਡ ਬਾਲ ਦੇ ਫੈਸਲੇ ਵਾਈਡ ਕੋਈ ਚੱਕਰ ਵਾਈਡ ਬਾਲ ਦੇ ਫੈਸਲੇ 46 ਸਕੋਰ ਚ ਰਹਿ ਗਏ ਬਾਕੀ ਜਿਹੜੇ ਕਹਿੰਦੇ ਮੈਚ ਨੂੰ ਜਿੱਤਣਾ ਸੀ 15 ਬਾਲਾਂ 46 ਛੱਕੇ 7.5 ਤੇ ਸਾਹਮਣੇ ਜੇਕਰ ਲੱਗਣ ਗੱਲ ਤੇ ਫਿਰ ਵੱਧੀ ਹੈ ਜੋਗੀ ਮੁੰਡਾ ਕਹਿੰਦੇ ਤਿਆਰ ਵਰ ਤਿਆਰ ਹੈ ਪਹਿਲੀ ਬਾਲ ਉਧਰਲੇ ਪਾਸੇ ਫੇਰ ਵੱਡੀ ਫਿਰ ਦੀ ਕੋਸ਼ਿਸ਼ ਬਾਲ ਹਵਾ ਚ ਚਾਂਸ ਬਣਿਆ ਹੈ ਤੇ ਉਧਰਲੇ ਪਾਸੇ ਕੈਚ ਜਿਹੜਾ ਕਹਿੰਦੇ ਡ੍ਰੌਪ ਹੋ ਗਿਆ ਹੈ ਛੱਡੇ ਹੋਏ ਕੈਚ ਮੈਚ ਦਾ ਕਹਿੰਦੇ ਪਾਸਾ ਬਲ ਦਿੰਦੇ ਹੈ ਇਹ ਕਾਸਟੂ ਕ੍ਰਿਕਟ ਦਾ ਕਹਿੰਦੇ ਇਤਿਹਾਸ ਦੱਸਦਾ ਹੈ
ਕਹਿ ਜਿਹੜਾ ਕਹਿੰਦੇ ਡ੍ਰੌਪ ਇੱਕ ਸਿੰਗਲ ਦੇ ਵਾਧੇ ਹੋਇਆ ਹੈ। 14 ਵਾਲਾ 45 ਜਿਹੜੀ ਕਹਿੰਦੇ ਮੈਚ ਨੂੰ ਜਿੱਤਣਾ ਉਹਦੇ ਹਾਲੇ ਵੀ ਬਾਕੀ ਹੈ। ਅਮਰ ਸਿੰਘ ਪਿੰਡ ਵਾਲਿਆ ਹੁਣ ਦੇ ਤੇਰੇ ਦੀ ਗੱਲ ਆ ਗਈ ਹੈ ਸਾਰੇ ਦੀ ਸਾਰੀ ਰਹਿੰਦੀਆਂ। 14 ਵਾਲਾ ਛੱਕੇ 7.5 ਚਾਹੀਦੇ ਹੈ। ਹੁਣ ਤੇ ਖੜਾਕ ਕਰਨਾ ਪੈਣਾ ਨਯਨ, ਹੁਣ ਤੇ ਬੱਲੇ ਬੱਲੇ ਕਰਾਉਣੀ ਪੈਣੀ ਹੈ। ਉਹਦਾ ਫਿਰ ਫੜ ਲਾ ਤਿਆਰੀ ਤੇ ਸਾਹਮਣੇ ਕਮਲ ਢੀਡੀ ਵਾਲੇ ਪਿੰਡ ਵਾਲਾ ਮੁੰਡਾ ਕਹਿੰਦੇ ਬਾਲਾ ਪਾ ਰਿਹਾ ਹੈ 14 ਬਾਲਾ ਤੇ ਸਕੋਰ ਜਿਹੜੇ ਕਹਿੰਦੇ ਮੈਚ ਨੇ ਜਿੱਤਣ ਤੇ 45 ਜਿਹੜੇ ਕਹਿੰਦੇ ਬਾਕੀ। ਅਮੇਸ਼ ਮੁੰਡਾ ਕਹਿੰਦੇ ਪੈਂਦੀਆਂ ਬਾਲਾਂ ਦਾ ਸਾਹਮਣੇ ਕਰਨਾ ਹੈ। ਆਰ ਉਧਰਲੇ ਪਾਸੇ ਪਹਿਲੀ ਵਾਰ ਫਿਰ ਆਓ ਬੱਲੇ 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 ਹਿੱਟ ਬੜੀ ਜ਼ੋਰਦਾਰ ਪਰ ਸਾਹਮਣੇ ਫੀਲਡਰ ਮੌਜੂਦ ਹੈ। ਇੱਕ ਖਿਡਾਰੀ ਹੋਰ ਆਊਟ ਹੋ ਕੇ ਵਾਪਸ ਆਏ। ਹੁਣ ਆਪਾਂ ਕਹਿ ਸਕਦੇ ਵੀ ਇੱਥੋਂ ਮੈਚ ਜਿੱਤਣਾ ਨਾਨੂ ਵਾਲੇ ਪਿੰਡ ਵਾਸਤੇ ਬਹੁਤ ਜਿਹੜਾ ਕਹਿੰਦੇ ਮੁਸ਼ਕਿਲ ਹੋਵੇਗਾ। 13 ਬਾਲਾਂ ਬਾਕੀ ਨੇ। ਤੇਰਾ ਬਾਲਾ 45 ਰਹਿ ਗਿਆ ਹੈ। ਇੱਕ ਖਿਡਾਰੀ ਹੋਰ ਜਿਹੜਾ ਕਹਿੰਦੇ ਆਊਟ ਹੋ ਕੇ ਵਾਪਸ ਹੋ ਗਿਆ। 12 ਵਾਲਾ ਤੇ 45 ਬਾਕੀ ਲਗਾਤਾਰ ਜਿਹੜੀਆਂ ਕਹਿੰਦੇ ਵਿਕਟਾਂ ਡਿੱਗੀਆਂ ਹੈ ਵੀ ਰਫਤਾਰ ਜਵਾਨੀ ਦੀ ਕਰੀ ਹੈ ਤੇਜ਼ ਨਾ ਹੋਵੇ ਢਿੱਲੀ। ਕਈ ਰਾਜੇ ਬਹਿ ਤੁਰ ਗਏ ਪਰ ਉੱਥੇ ਵੀ ਉੱਥੇ ਹੀ ਹੈ ਦਿੱਲੀ। ਗਏ ਲੁੱਟ ਵਿਚਾਰੀ ਨੂੰ ਨਾਦਰ ਸ਼ਾਹ ਵਰਗੇ ਘਰ ਧਾਵੇ ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ। ਖਿਡਾਰੀ ਲਗਾਤਾਰ ਜਿਹੜੇ ਕਹਿੰਦੇ ਆਊਟ ਹੋ ਵਾਪਸ ਹੋ ਰਿਹਾ ਹੈ। 12 ਵਾਲਾ ਮੈਚ ਨੂੰ ਜਿੱਤਣ ਵਾਸਤੇ ਜਿਹੜੇ ਕਹਿੰਦੇ 45 ਹਾਲੇ ਵੀ ਬਾਕੀ ਨੇ ਔਰ ਸਾਹਮਣੇ ਵੇਖਾਂਗੇ ਹਿੱਟਾਂ ਲਗਾਤਾਰ ਜਿਹੜੀ ਕਹਿੰਦੇ ਖੇਡਣ ਦੀ ਕੋਸ਼ਿਸ਼ ਹੋਵੇਗੀ। ਮੁੰਡਾ ਕਹਿੰਦੇ ਜੋਗੀ ਪੈਂਦੀਆਂ ਵਾਲਾਂ ਦਾ ਕਹਿੰਦੇ ਸਾਹਮਣਾ ਕਰਨ ਵਾਸਤੇ ਬਿਲਕੁਲ ਕਹਿੰਦੇ ਤਿਆਰ ਬਰ ਤਿਆਰ ਹੈ। ਔਰ 5ਵੇਂ ਓਵਰ ਦੀ ਜਿਹੜੀ ਕਹਿੰਦੇ ਸ਼ੁਰੂਆਤ ਮੁੰਡਾ ਕਹਿੰਦੇ ਸਣੀ ਬਾਲ ਪਾਉਣ ਵਾਸਤੇ ਆ ਗਿਆ ਹੈ। ਜੋਗੀ ਤਿਆਰ ਹੈ ਸੜੀ ਦੀ ਬਾਲ ਉਧਰੇ ਪਾਸੇ ਤੇ ਡੰਡਾ ਕਹਿੰਦੇ ਪੱਟ ਕੇ ਮੁੰਡੇ ਨੇ ਇੱਕ ਹੋਰ ਖਿਡਾਰੀ ਨੂੰ ਜਿਹੜਾ ਕਹਿੰਦੇ ਵਾਪਸ ਮੋੜ ਦਿੱਤਾ। ਹੁਣ 11 ਵਾਲਾ ਮੈਚ ਨੂੰ ਲਗਭਗ ਜਿੱਤੀ ਜਾ ਰਹੀ ਟੀਮ ਕਹਿੰਦੇ ਭੀਟੀ ਵਾਲੇ ਵੀ ਜਿਹੜੀ ਜ਼ਿੰਦਗੀ ਦੇ ਮੁਕਾਬਲੇ ਕੁੰਡਲਾਂ ਦੇ ਨਾਲ ਜਿਹੜੀ ਕਹਿੰਦੀ ਖੇਡੀ ਜਾਣੀ ਹੈ ਤੇ ਕੁੰਡਲਾਂ ਵਾਲੇ ਬਾਹਰੇ ਫਿੱਟ ਜਾਪਦੇ ਆ ਵੀ ਆਜੋ ਵਾਸੀ ਦੇ ਪੁੱਤ ਤੁਹਾਨੂੰ ਦਿੰਦੇ ਬਾਜੜਾ ਮਰ ਕੇ ਗੱਲ ਤੂਲ ਕਲੀਅਰ ਮੈਚ ਦੀ ਹੋਵੇਗੀ ਫਿਰ ਸਾਹਮਣੇ ਵੇਖਾਂਗੇ। 11 ਵਾਲਾ 45 ਮੈਚ ਨੂੰ ਜਿੱਤਣ ਵਾਸਤੇ ਜਿਹੜੀ ਕਹਿੰਦੇ ਬਾਕੀ 7 ਵਿਕਟਾਂ ਵੀ ਜਿਹੜੀਆਂ ਕਹਿੰਦੇ ਆਊਟ ਹੋ ਗਈਆਂ ਹੁਣ ਤੇ 2-3 ਵਿਕਟਾਂ ਜਿਹੜੀਆਂ ਕਹਿੰਦੇ ਬਚੀਆਂ ਮੈਨੂੰ ਲੱਗਦਾ ਵੀ ਆਲ ਆਊਟ ਹੋ ਸਕਦੀ ਹੈ ਟੀਮ ਨਾਨੂ ਵਾਲੇ ਦੀ ਕਹਿੰਦੇ ਪਰ ਸਾਹਮਣੇ 11 ਵਾਲਾ 45 ਜਿਹੜੇ ਕਹਿੰਦੇ ਬਾਕੀ ਨੇ ਮੈਚ ਨੂੰ ਜਿੱਤਣ ਵਾਸਤੇ। ਵਾਹ ਜੀ ਵਾਹ, ਮੁੜ ਗਿਆ ਇੱਕ ਹੋਰ ਵੀ ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਦਾ ਆਈ ਨਾਲੇ ਨਿਗਾਹ ਮਾਰਦਾ ਆਈ ਵੇ ਮੇਰਾ ਲੌਂਗ ਵਾਚਾ ਐਨ ਕਹਿੰਦੇ ਘੜੀ ਦੀ ਸਕਿੰਟਾਂ ਵਾਲੀ ਸੂਈਆਂ ਨੂੰ ਕਹਿੰਦੇ ਭੱਜੀ ਜਾਂਦੇ ਮੁੰਡੇ ਖਿਡਾਰੀ ਜਿਹੜੇ ਕਹਿੰਦੇ 8 ਆਊਟ ਹੋ ਕੇ ਵਾਪਸ ਮੁੜ ਗਿਆ। ਹੁਣ ਡਾਕਟਰ ਆ ਗਿਆ ਹੈ ਨਵੇਂ ਡਾਕਟਰ ਜੇ ਛੱਕੇ ਮਾਰ ਗਿਆ ਨਾ 2 ਵੀ ਵੱਡੇ ਵਾਨ ਤੇਰੇ ਵੀ ਕਰਾ ਦਾਂਗੇ। 10 ਵਾਲਾ 45 ਰਹਿ ਗਿਆ ਹੈ ਪਰ ਬਾਲ ਸਣੀ ਦੀ ਕਹਿੰਦੇ ਚੋਟੀ ਦੀ ਹੈ। 9 ਵਾਲਾ 45 ਮੈਚ ਨੂੰ ਜਿਹੜੇ ਕਹਿੰਦੇ ਜਿੱਤਣ ਵਾਸਤੇ ਡਾਕਟਰ ਆ ਇੱਕ ਅੱਧਾ ਛੱਕਾ ਤੇ ਭੈੜਿਆ ਮਾਰਨਾ ਹੀ ਪੈਣਾ ਹੈ।
ਨੌ ਬਾਲਾ ਬਾਕੀ ਨੇ ਸਾਹਮਣੇ ਹਿਸਾਬ ਲਾ ਲਾ ਵੀ ਅੱਜ ਹੀ ਵਾਰੀ ਆਈ ਹੈ ਬਸਾਂ ਬਸਾਂ ਤੇ ਹੋ ਜਾ ਫਿੱਟ ਨੌ ਬਾਲਾ ਬਾਕੀ ਨੇ ਅੱਧੇ ਪਿੰਡਾਂ ਤੱਕ ਕਹਿਤਾ ਸਹੀ ਤਾਂ ਸੁੱਖੂ ਦਾ ਲਾਸਟ ਵੀਕ ਦਾ ਹੁਣ ਸੁੱਖ ਲਿਖਿਆ ਤਾਂ ਲੜੀ ਕੁੰਡਲਾ ਦਾ ਪਲੇਅਰ ਆ ਕੇ ਟਾਸ ਕਰ ਰਿਹਾ ਜੀ ਉਹਨੇ ਆ ਰੀ ਲਿਖਾਇਆ ਪੂਲ ਕਲੀਅਰ ਮੈਚ ਦੀ ਟਾਸ ਕਰ ਲਈ ਆਪਾਂ 10 15 ਮਿੰਟ ਦਾ ਸਮਾਂ ਹੋਵੇਗਾ 10 ਮਿੰਟ ਦਾ ਰੈਸਟ ਉਸ ਤੋਂ ਬਾਅਦ ਮੈਚ ਸ਼ੁਰੂ ਹੋਵੇਗਾ ਟਾਸ ਕਰ ਲਓ ਬਾਈ ਬਣ ਕੇ ਹੁਣੇ ਭੀੜੀ ਵਾਲਾ ਆਪਣੇ ਕੋਲ ਹੈ ਤੇ ਡਿਸੀਜਨ ਤੁਸੀਂ ਦੱਸ ਕੇ ਜਾਇਓ ਜਿਹੜਾ ਵੀ ਵੀਰ ਆਵੇ 10-15 ਮਿੰਟ ਦੀ ਬ੍ਰੇਕ ਜਿਹੜੀ ਜ਼ਰੂਰ ਦਿੱਤੀ ਜਾਵੇਗੀ ਆ ਜਾਓ ਜੀ ਕੁੰਡਲਾ ਸਾਰੇ ਲੈਣ ਦਿੰਦਾ ਸਿਆਣੇ ਕਹਿੰਦੇ ਵੀ ਜਿਹੜੇ ਰਾਗ ਦਾ ਪਤਾ ਨਾ ਹੋਵੇ ਛੇੜਨਾ ਨੀ ਚਾਹੀਦਾ ਜਿਹੜਾ ਕੰਮ ਆ ਨਾ ਉਹੀ ਸੌਂਦਾ ਬੰਦੇ ਨੂੰ ਹਾਂ ਹੁਣ ਬਾਅਦ ਟਿਕਾਣੇ ਦੇ ਓਵਰ ਸਮਾਪਤ 6 ਬਾਲਾਂ ਲਾਸਟ ਵਿਕਟ ਮੈਚ ਨੂੰ ਜਿੱਤ ਚੁੱਕੀ ਟੀਮ ਕਹਿੰਦੇ ਭੇਟੀ ਵਾਲਾ ਦੀ ਬਾਈ ਜੀ ਕੁੰਡਲਾ ਦੇ ਇੱਕ ਪਲੇਅਰ ਆ ਕੇ ਟਾਸ ਕਰਦੇ ਜੀ ਬੇਨਤੀ ਆ ਸਾਡੀ ਵੀਰਾਂ ਨੂੰ ਹੁਣ ਵੀਰ ਇੱਕ ਬੰਦਾ ਭੇਜ ਦੋ ਯਾਰ ਜਿੱਤ ਗਈ ਪੀਟੀ ਵਾਲਾ ਪੂਲ ਕਲੀਅਰ ਮੈਚ ਪੀਟੀ ਵਾਲਾ ਤੇ ਕੁੰਡਲ ਸਹੀ 5:30 ਵਜੇ ਮੈਚ ਚੱਲ ਪੂ।